ਬਾਬਾ ਜੀ, ਅਗਰ ਨੌਨ ਸਤਸੰਗੀ ਪਰਿਵਾਰ ਦੇ ਵਿੱਚੋਂ ਰਿਸ਼ਤਾ ਆਉਂਦਾ ਵਾ ਤੇ ਉਹ ਕਰਨਾ ਚਾਹੀਦਾ ਵਾ? ਮੈਨੂੰ ਨਹੀਂ ਪਤਾ ਬੇਟਾ ਨੌਨ ਸਤਸੰਗੀ ਕੌਣ ਹੈ। ਬੇਟਾ ਸਾਰੇ ਮਾਲਕ ਦੇ ਬੰਦੇ ਆ, ਇਨਸਾਨ ਚੰਗੇ ਹੋਣੇ ਚਾਹੀਦੇ ਆ ਬੇਟਾ। ਇਹ ਕਿੱਥੇ ਲਿਖਿਆ ਕਿ ਸਾਰੇ ਸਤਸੰਗੀ ਸੰਤ ਮਹਾਤਮਾ ਹੈ? ਬਦਮਾਸ਼ ਨਹੀਂ ਦੇਖੇ ਸਤਸੰਗੀ? ਪਾਪਾ ਜੀ, ਕੁਝ ਫੈਮਿਲੀ ਅਲਾਓ ਨਹੀਂ ਕਰਦੇ ਬਾਅਦ ਵਿੱਚ ਵਿਆਹ ਸੁਣਨ ਵਾਸਤੇ। ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਬੇਟਾ। ਜੇ ਚੰਗੇ ਇਨਸਾਨ ਹੈ, ਕਿਉਂ ਨਹੀਂ ਅਲਾਓ ਕਰਨਗੇ? ਉਹ ਇਹ ਦੇਖਣਗੇ ਕਿ ਜੀ ਤੁਹਾਨੂੰ ਇਹਦਾ ਕੋਈ ਅਸਰ ਹੋ ਰਿਹਾ, ਤਾਂ ਜੇ ਅਸੀਂ ਦਿਖਾਉਂਦੇ ਹਾਂ ਕਿ ਸਾਡੀ ਕਰਨੀ 'ਚ ਕੋਈ ਅਸਰ ਹੀ ਨਹੀਂ ਹੋ ਰਿਹਾ, ਤਾਂ ਫਿਰ ਤਾਂ ਜਾਇਜ਼ ਆ ਉਹਨਾਂ ਦਾ ਮੰਗਣਾ ਕਿ ਕਾਹਦੇ ਨੂੰ ਜਾਂਦੇ ਹੋ ਤੁਸੀਂ। ਤਾਂ ਜੇ ਉਹ ਦੇਖਣਗੇ ਕਿ ਜੀ ਅਸੀਂ ਇੱਥੇ ਬਿਆਸ ਆ ਕੇ ਪਰਮਾਰਥ ਦੇ ਨਾਲ ਲੱਗ ਕੇ ਸਾਡੀ ਸੋਚ ਵੀ ਬਦਲੀ ਹੈ, ਅਸੀਂ ਜ਼ਿੰਮੇਵਾਰੀਆਂ ਵੀ ਚੰਗੀ ਤਰ੍ਹਾਂ ਨਿਭਾ ਰਹੇ ਹਾਂ, ਕਿਉਂ ਰੋਕਣਗੇ ਬੇਟਾ? ਸਾਰੇ ਭਲਾ ਚਾਹੁੰਦੇ ਹੈ, ਅਤੇ ਜੇ ਪਰਿਵਾਰ ਦਾ ਭਲਾ ਹੋ ਰਿਹਾ ਹੈ ਤਾਂ ਕਿਉਂ ਰੋਕਣਗੇ? ਮਗਰ ਜੇ ਉਹ ਦੇਖਦੇ ਆ ਕਿ ਇੱਥੇ ਹੋ ਹੀ ਨਹੀਂ ਰਿਹਾ ਤਾਂ ਮੌਜ ਮੇਲਾ ਕਰਕੇ ਆ ਜਾਂਦੀ ਹੈ, ਤਾਂ ਫਿਰ ਤਾਂ ਬੇਟਾ ਪੁੱਛਣਾ ਜਾਇਜ਼ ਹੈਗਾ। ਬਾਬਾ ਜੀ, ਇੱਕ ਮਹੀਨਾ ਪ੍ਰੋਮਿਸ ਕਰੋਗੇ ਤੁਸੀਂ? ਹੁਣ ਡਿਪੈਂਡ ਕਰਦਾ ਕਿ ਤੂੰ ਮੰਗੇਗੀ ਕੀ। ਬਾਬਾ ਜੀ, ਮੈਨੂੰ ਸੱਚਖੰਡ ਲੈ ਜਾਓ ਅਤੇ ਮੇਰੀ ਬਾਂਹ ਕਦੀ ਵੀ ਨਾ ਛੱਡਿਓ। ਕਦੀ ਵੀ ਜ਼ਿੰਦਗੀ 'ਚ ਇਹੋ ਜਿਹਾ ਮੌਕਾ ਨਾ ਆਵੇ ਕਿ ਤੁਹਾਡੇ ਤੋਂ ਵਿਛੋੜਾ ਹੋਵੇ। ਇਹ ਸਾਰਾ ਕੁਛ ਹੀ ਮੁਫਤ ਮੰਗਦੇ ਹੋ ਤੁਸੀਂ, ਮਿਹਨਤ ਨਾ ਕਰਨੀ ਪਵੇ, ਬਸ ਮੈਨੂੰ ਲੈ ਜਾਓ। ਨਹੀਂ ਬਾਬਾ ਜੀ, ਮੈਂ ਪੂਰੀ ਕੋਸ਼ਿਸ਼ ਕਰੂੰਗੀ, ਤੁਸੀਂ ਦਇਆ ਮਿਹਰ ਬਣਾਈ ਰੱਖਣਾ। ਜਿੰਨਾ ਕੋਸ਼ਿਸ਼ ਕਰੋਗੇ ਉਸ ਤੋਂ ਕਿਤੇ ਜ਼ਿਆਦਾ ਮਿਲੂਗਾ ਬੇਟਾ, ਮਗਰ ਮਿਲੂਗਾ ਤੁਹਾਨੂੰ ਆਪਣੀ ਕੋਸ਼ਿਸ਼ ਦਾ। ਹਾਂ, ਇਹ ਮੈਂ ਝੂਠੇ ਵਾਅਦੇ ਨਹੀਂ ਕਰਨੇ, ਔਰ ਨਾ ਹੀ ਤੁਹਾਨੂੰ ਝੂਠੀ ਤਸੱਲੀ ਦੇਣੀ ਹੈ ਕਿ ਫਿਕਰ ਨਾ ਕਰੋ ਹੋ ਜੂਗਾ। ਨਹੀਂ ਹੋਣ ਲੱਗਾ, ਹੋਊਗਾ ਤੁਹਾਡੀ ਕਰਨੀ ਦੇ ਉੱਤੇ। ਭਜਨ ਸਿਮਰਨ ਕਰਨ ਦੀ ਤਾਕਤ ਦੇਣਾ ਪੂਰੇ ਪਰਿਵਾਰ ਦੇਵੇ ਤੇ ਦਇਆ ਮਿਹਰ ਬਣਾਈ ਰੱਖਣਾ। ਤੁਸੀਂ ਕੀ ਕਰੋਗੇ ਜੇ ਸਾਰਾ ਕੁਛ ਬਾਬੇ ਨੇ ਦੇਣਾ ਹੈ? ਤੁਸੀਂ ਵੀ ਕੁਛ ਕਰਨਾ ਹੈ ਕਿ ਨਹੀਂ? ਆਪਣੀ ਕਰਨੀ ਦਾ ਮਿਲੂਗਾ, ਕੁਦਰਤ ਦਾ ਕਾਨੂੰਨ ਹੈ, ਜੈਸੀ ਕਰਨੀ ਵੈਸੀ ਭਰਨੀ। ਤੁਸੀਂ ਕਰੋਗੇ, ਜਿੰਨਾ ਕਰੋਗੇ ਕਿਤੇ ਜ਼ਿਆਦਾ ਬਖਸ਼ਿਸ਼ ਹੋਊਗੀ, ਬਟ ਮਿਲੂਗਾ ਤੁਹਾਨੂੰ ਆਪਣੀ ਕਰਨੀ ਦਾ ਬੇਟਾ। ਪੂਰੇ ਪਰਿਵਾਰ 'ਤੇ ਦਇਆ ਮਿਹਰ ਬਣਾਈ ਰੱਖਣਾ ਬਾਬਾ ਜੀ। ਰਾਧਾ ਸੁਖਮ ਬਾਬਾ ਜੀ, ਥੈਂਕ ਯੂ ਫੋਰ ਦਿਸ ਓਪਰਚੁਨਿਟੀ। ਬਾਬਾ ਜੀ, ਵੈਸੇ ਤਾਂ ਕਾਫੀ ਡਾਊਟ ਤੁਹਾਡੇ ਸਤਸੰਗ ਦੇ ਵਿੱਚ ਕਲੀਅਰ ਹੋ ਜਾਂਦੇ ਆ, ਲੇਕਿਨ ਇੱਕ ਮੈਨੂੰ ਲੱਗਦਾ ਕਿ ਤੁਸੀਂ ਜਵਾਬ ਦਿਓ ਨਾ ਤਾਂ ਥੋੜ੍ਹਾ ਜ਼ਿਆਦਾ ਮੈਨੂੰ ਕਲੀਅਰ ਕਰੇਗਾ। ਬਾਬਾ ਜੀ, ਸਤਸੰਗ ਦੇ ਸ਼ੁਰੂ 'ਚ ਮਤਲਬ ਪੂਰਾ ਤੁਸੀਂ ਦੱਸਦੇ ਹੋ ਕਿ ਕਿਸ ਤਰ੍ਹਾਂ ਅਸੀਂ ਸਿਮਰਨ ਕਰਨਾ, ਅਸੀਂ ਇਸ ਤਰ੍ਹਾਂ ਅੱਗੇ ਵਧਣਾ ਉਹ ਸਾਰਾ, ਲੇਕਿਨ ਐਂਡ ਆਉਂਦੇ ਆਉਂਦੇ ਨਾ ਤੁਸੀਂ ਕਹਿੰਦੇ ਹੋ ਕਿ ਸਾਡੇ ਹੱਥ ਵਾਸ ਕੁਛ ਨਹੀਂ ਹੈਗਾ, ਜੋ ਕਰਨਾ ਮਾਲਕ ਨੇ ਕਰਾ ਲੈਣਾ, ਔਰ ਮਤਲਬ ਇਨਸਾਨ ਇੱਕ ਕਠਪੁਤਲੀ ਟਾਈਪ ਹੈ। ਅਤੇ ਬਾਬਾ ਜੀ, ਜੇ ਸਭ ਕੁਛ ਪ੍ਰੀ ਡਿਸਾਈਡਿਡ ਹੈ ਔਰ ਸਭ ਕੁਛ ਮਤਲਬ ਨੇਚਰ ਦੇ ਵਿਧੀ ਦੇ ਵਿਧਾਨ ਦੇ ਹਿਸਾਬ ਨਾਲ ਹੋ ਰਿਹਾ, ਤਾਂ ਇਨਸਾਨ ਆਪਣੇ ਗਲਤ ਕੰਮਾਂ ਲਈ ਕਿੱਥੋਂ ਤੱਕ ਜ਼ਿੰਮੇਦਾਰ ਹੈਗਾ? 100% ਬੇਟਾ, ਕਿਸਮਤ ਤੁਹਾਨੂੰ ਇੱਕ ਮੁਕਾਮ 'ਤੇ ਲਿਆ ਕੇ ਖੜਾ ਕਰ ਦਿੰਦੀ ਹੈ, ਹੁਣ ਅੱਗੇ ਤੁਸੀਂ ਚੁਣਨਾ। ਜਿੰਨੀ ਆਸਾਨੀ ਦੇ ਨਾਲ ਤੁਸੀਂ ਸਹੀ ਚੁਣ ਸਕਦੇ ਹੋ, ਉਨੀ ਆਸਾਨੀ ਦੇ ਨਾਲ ਗਲਤ ਚੁਣ ਸਕਦੇ ਹੋ। ਸਹੀ ਚੁਣੋਗੇ ਕਰਮ ਖਤਮ ਹੋ ਜਾਊਗਾ, ਗਲਤ ਚੁਣੋਗੇ ਕਰਮਾਂ ਦਾ ਨਵਾਂ ਸਿਲਸਿਲਾ ਸ਼ੁਰੂ ਹੋ ਜਾਊਗਾ ਬੇਟਾ। ਬਾਬਾ ਜੀ, ਲੇਕਿਨ ਸਹੀ ਔਰ ਗਲਤ ਚੁਣਨ ਦੀ ਜੋ ਪਾਵਰ ਹੈਗੀ ਹੈ, ਅਕਸਰ ਤਾਂ ਮੈਂ ਇੱਕ ਇਨਸਾਨ ਹੀ ਹਾਂ ਨਾ, ਮੈਨੂੰ ਕੋਈ ਚੀਜ਼ ਸਹੀ ਲੱਗਦੀ ਆ, ਹੋ ਸਕਦਾ 20 ਜਣਿਆਂ ਨੂੰ ਉਹ ਗਲਤ ਲੱਗਦੀ ਹੋਵੇ, ਅਤੇ ਮਤਲਬ ਅਸੀਂ ਇੱਕ ਇਨਸਾਨੀ ਦਿਮਾਗ ਦੇ ਨਾਲ ਕਿਸ ਤਰ੍ਹਾਂ ਇਸ ਚੀਜ਼ ਨੂੰ ਪਾਰ ਪਾ ਸਕਦੇ ਹਾਂ ਕਿ ਹਾਂ ਸਾਰਾ ਕੁਛ ਸਹੀ ਹੋਵੇ, ਇੱਕਦਮ ਸਪਿਰਿਚੁਅਲ ਜਿੱਦਾਂ ਤੁਸੀਂ ਦੱਸਦੇ ਹੋ ਉਹਦੇ ਮੁਤਾਬਕ? ਜਦੋਂ ਆਪਾਂ ਉਸ ਮੁਕਾਮ 'ਤੇ ਪਹੁੰਚ ਕੇ ਕਿ ਸਾਰਾ ਕੁਛ ਉਹਦੇ ਹੁਕਮ ਵਿੱਚ ਆ ਕੇ ਕਰਾਂਗੇ ਬੇਟਾ, ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਦੇਖੋ, ਜਦੋਂ ਤੋਂ ਇਨਸਾਨ ਸ੍ਰਿਸ਼ਟੀ ਵਿੱਚ ਆਇਆ ਨਾ, ਇਹਨੇ ਆਪਣੀ ਚਾਹਤ ਨੂੰ ਜ਼ਿਆਦਾ ਅਹਿਮ ਮੰਨਿਆ, ਗਲਤ ਚੀਜ਼ਾਂ ਚਾਹ ਕੇ ਬਹਿ ਗਏ, ਇਸੇ ਕਰਕੇ ਕਰਮ ਕਾਂਡ 'ਚ ਫਸ ਗਏ ਬੇਟਾ। ਚਾਹੀਦਾ ਤਾਂ ਇਹ ਸੀ ਕਿ ਉਹਦੇ ਭਾਣੇ 'ਚ ਰਹੀਏ। ਜਿੱਦਣ ਆਪਾਂ ਇਹ ਸੋਚਾਂਗੇ ਕਿ ਵੀ ਕਰਨ ਕਰਾਉਣ ਵਾਲਾ ਮਾਲਿਕ ਹੈ, ਮੈਂ ਤਾਂ ਹੁਕਮ ਵਿੱਚ ਰਹਿਣਾ, ਫਿਰ ਸਾਰੀ ਉਹਦੀ ਜ਼ਿੰਮੇਵਾਰੀ ਹੈ। ਜਿੰਨਾ ਚਿਰ ਮੈਂ ਚੁਣੂੰਗਾ, ਫਿਰ ਮੇਰੀ ਜ਼ਿੰਮੇਵਾਰੀ। ਰਾਧਾ ਸੁਆਮੀ ਬਾਬਾ ਜੀ, ਮੇਰਾ ਪਹਿਲਾ ਸਵਾਲ ਹੈ, ਅਸੀਂ ਨਾ ਸਮਝੀ 'ਚ ਆ ਕੇ ਕਈ ਵਾਰੀ ਮੰਨਤਾਂ ਮੰਗ ਲੈਂਦੇ ਹਾਂ, ਪਰ ਉਹ ਮੰਨਤ ਜਿੱਦਾਂ ਪੂਰੀ ਹੋਣ ਤੋਂ ਪਹਿਲਾਂ ਨਾਮਦਾਨ ਮਿਲ ਗਿਆ ਸੀ, ਨਾਮਦਾਨ ਜਦੋਂ ਮਿਲਿਆ ਤਾਂ ਉਦੋਂ ਇੰਨੀ ਸੋਚੀ ਆਈ ਕਿ ਮਾਲਕ ਦੇ ਹੱਥ ਅੱਗੇ ਕੁਛ ਮੰਗਣਾ ਨਹੀਂ ਹੈਗਾ, ਅਸੀਂ ਜੋ ਹੋ ਰਿਹਾ ਸਾਡੀ ਕਿਸਮਤ ਦੇ ਨਾਲ ਸਾਡੇ ਉਹ ਸਾਨੂੰ ਮਿਲ ਰਿਹਾ ਹੈਗਾ ਹੈ। ਅਤੇ ਉਸ ਤੋਂ ਬਾਅਦ ਵੀ ਉਹਨਾਂ ਚੀਜ਼ਾਂ ਦੀ ਕੋਈ ਵੈਲਿਊ ਮਤਲਬ ਰਹਿੰਦੀ ਹੈ, ਕਿਉਂਕਿ ਅਸੀਂ ਮਾਫ਼ੀ ਮੰਗ ਲਈ ਕਿ ਮਾਲਕਾ ਜੋ ਤੁਸੀਂ ਕਰ ਰਹੇ ਹੋ ਉਹੀ ਸਾਡੇ ਲਈ ਠੀਕ ਆ। ਬੇਟਾ ਦੇਖੋ, ਛੋਟਾ ਬੱਚਾ ਹੁੰਦਾ ਨਾ, ਉਹਦਾ ਦਾਇਰਾ ਬੜਾ ਛੋਟਾ ਹੁੰਦਾ, ਉਹ ਸੋਚਦਾ ਕਿ ਜਿੰਨਾ ਚਿਰ ਮੈਂ ਮਾਂ ਬਾਪ ਤੋਂ ਮੰਗੂੰਗਾ ਨਹੀਂ, ਸ਼ਾਇਦ ਮੈਨੂੰ ਨਾ ਮਿਲੇ। ਉਹਨੂੰ ਹਲੇ ਤੱਕ ਇਸ ਚੀਜ਼ ਦਾ ਅਹਿਸਾਸ ਨਹੀਂ ਕਿ ਮਾਂ ਬਾਪ ਨੂੰ ਪਤਾ ਕਿ ਉਹਦੇ ਵਾਸਤੇ ਕੀ ਜ਼ਰੂਰੀ ਹੈ। ਜਿੰਨਾ ਉਹਨਾਂ ਦਾ ਦਾਇਰਾ ਹੈ, ਉਸ ਤੋਂ ਕਿਤੇ ਜ਼ਿਆਦਾ ਦੇਣ ਦੀ ਕੋਸ਼ਿਸ਼ ਕਰਨਗੇ। ਆਪਣਾ ਵੀ ਉਹੀ ਹਾਲ ਹੈ ਬੇਟਾ, ਹੁਣ ਆਪਾਂ ਮੰਗੀਏ ਤਾਂ ਜੇ ਆਪਾਂ ਸੋਚੀਏ ਕਿ ਮਾਲਕ ਨੂੰ ਪਤਾ ਨਹੀਂ। ਬੇਟਾ ਜਿਹੜਾ ਮਾਲਕ ਦੇਣ ਦੀ ਤਾਕਤ ਰੱਖਦਾ ਹੈ, ਤਾਂ ਕੀ ਉਹ ਜਾਣਨ ਦੀ ਤਾਕਤ ਨਹੀਂ ਰੱਖਦਾ? ਬੇਟਾ
ਠੀਕ ਹੈ ਨਾ, ਬਿਨ ਬੋਲੇ ਸਭ ਕੁਛ ਜਾਣਦਾ, ਕਿਸ ਆਗੇ ਕੀਜੀਏ ਅਰਦਾਸ। ਸੋ ਉਹ ਜਾਣਦਾ, ਇਹ ਸਾਡਾ ਦਾਇਰਾ ਛੋਟਾ ਹੁੰਦੇ ਕਰਕੇ ਆਪਾਂ ਸੋਚਦੇ ਹਾਂ ਕਿ ਮੰਗਣ ਦੀ ਲੋੜ ਹੈ ਜਾਂ ਯਾਦ ਦਿਲਾਉਣ ਦੀ ਲੋੜ ਹੈ। ਸੋ ਬੇਟਾ ਉਹੋ ਜਿਹੀ ਅਵਸਥਾ ਲਿਆਓ ਕਿ ਆਪਾਂ ਤਾਂ ਭਾਣੇ 'ਚ ਰਹਿਣਾ, ਉਹਨੂੰ ਪਤਾ ਔਰ ਉਹ ਦਿਊਗਾ, ਇਹ ਨਹੀਂ ਕਿ ਉਹਨੇ ਸਾਨੂੰ ਨਹੀਂ ਦੇਣਾ, ਪਰ ਜਦੋਂ ਕਦਰ ਹੋਊਗੀ ਬੇਟਾ। ਹੁਣ ਬਗੈਰ ਕਦਰ 'ਤੇ ਕਿਸੇ ਨੂੰ ਕੋਈ ਚੀਜ਼ ਦੇ ਦਿਓ, ਉਹ ਬਰਬਾਦ ਕਰਕੇ ਖਤਮ ਕਰ ਦੇਊਗਾ ਬੇਟਾ। ਸੋ ਇਹ ਤਾਂ ਉਹਨੂੰ ਚੁਣਨਾ ਚਾਹੀਦਾ ਕਿ ਕਦੋਂ ਉਹ ਸੋਚਦਾ ਕਿ ਅਸੀਂ ਸੰਭਾਲ ਸਕਾਂਗੇ ਉਦੋਂ ਦਿਓ, ਔਰ ਸਾਨੂੰ ਲੈਣਾ ਵੀ ਉਦੋਂ ਚਾਹੀਦਾ ਬੇਟਾ। ਸੋ ਪਿੱਛੇ ਜੋ ਹੋ ਗਿਆ ਠੀਕ ਹੈਗਾ, ਮਗਰ ਆਪਣੀ ਅਵਸਥਾ ਇਹੋ ਜਿਹੀ ਬਣਾਓ, ਤੁੱਧ ਬਿਨ ਹੋਰ ਕੁਛ ਮੰਗਣਾ, ਸਭ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਦੀ ਭੁੱਖ। ਮੇਰਾ ਦੂਜਾ ਸਵਾਲ ਹੈ ਬਾਬਾ ਜੀ, ਸਾਡੇ ਪਰਿਵਾਰ ਦੇ ਵਿੱਚ ਵਰਤ ਵਗੈਰਾ ਦਾ ਬਹੁਤ ਹੈਗਾ ਆ, ਵਰਤ ਬਹੁਤ ਜ਼ਿਆਦਾ ਰੱਖਦੇ ਆ, ਅਸੀਂ ਸ਼ੁਰੂ ਤੋਂ ਡੇਰੇ ਆਉਣ ਦੇ ਕਰਕੇ ਸਾਡਾ ਇਹਨਾਂ ਚੀਜ਼ਾਂ 'ਚ ਥੋੜ੍ਹਾ ਵਿਸ਼ਵਾਸ ਘੱਟ ਹੈ। ਨਹੀਂ, ਵਰਤ ਰੱਖਣਾ ਕੋਈ ਮਾੜੀ ਗੱਲ ਤਾਂ ਨਹੀਂ ਗੀ ਬੇਟਾ ਬਾਬਾ ਜੀ, ਪਰ ਰੱਖਣਾ ਮਤਲਬ ਜਿੱਦਾਂ ਉਹਨਾਂ ਦੇ ਪਰਿਵਾਰ ਦੇ ਕਰਕੇ ਰੱਖੀਦਾ ਜ਼ਰੂਰ ਹੈ, ਪਰ ਜੇ ਵਿਸ਼ਵਾਸ ਨਹੀਂ ਉਸ ਚੀਜ਼ ਦਾ ਹੈਗਾ ਤਾਂ ਕੀ ਉਸ ਚੀਜ਼ ਦਾ ਕੋਈ ਓਪੋਜ਼ਿਟ ਰਿਐਕਸ਼ਨ ਹੁੰਦਾ? ਮੈਨੂੰ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਵਰਤ ਰੱਖਣ ਦੇ ਨਾਲ ਕੁਛ ਨਹੀਂ ਹੁੰਦਾ। ਵਰਤ ਰੱਖਣ ਦਾ ਮਤਲਬ ਹੈ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋਗੇ, ਠੀਕ ਹੈ ਨਾ। ਚੰਗੀ ਗੱਲ ਹੈ ਕਿ ਇੱਕ ਦਿਨ ਤੁਸੀਂ ਆਪਣੇ ਹਾਜ਼ਮੇ ਨੂੰ ਰੈਸਟ ਦੇਤਾ, ਮਗਰ ਇਹ ਸੋਚਣਾ ਕਿ ਜੀ ਇਹਦੇ ਨਾਲ ਕੋਈ ਰੂਹਾਨੀਅਤ ਜਾਂ ਕੋਈ ਹੋਰ ਮੰਗ ਪੂਰੀ ਹੋ ਜੂਗੀ, ਇਹ ਐਂ ਨਹੀਂ ਹੋਣ ਲੱਗਾ। ਹੁਣ ਤੁਹਾਡਾ ਬੀਬੀਆਂ ਕਿਹੜਾ ਵਰਤ ਰੱਖਦੀਆਂ ਆਦਮੀਆਂ ਵਾਸਤੇ, ਲੰਬੀ ਉਮਰ ਵਾਸਤੇ? ਕਰਵਾ ਚੌਥ ਹੈ, ਕਰਵਾ ਚੌਥ। ਹੁਣ ਮੈਨੂੰ ਇਹ ਦੱਸੋ ਕਿ ਕਿਸੇ ਨੂੰ ਭੁੱਖਾ ਰੱਖ ਕੇ ਉਹ ਦੂਜੇ ਦੀ ਉਮਰ ਵੱਧ ਜੂਗੀ? ਬੇਟਾ ਇਹ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਬਣਾਈਆਂ ਗਈਆਂ ਸੀ। ਪੁਰਾਣੇ ਜ਼ਮਾਨੇ ਵਿੱਚ ਨਾ ਬੀਬੀਆਂ ਜ਼ਿਆਦਾ ਘਰੋਂ ਬਾਹਰ ਨਹੀਂ ਜਾਂਦੀਆਂ ਸੀ ਬੇਟਾ। ਇਹ ਤਿਉਹਾਰ ਬਣਾਏ ਗਏ ਸੀ ਕਿ ਉਹਦੇ ਨਾਲ ਮਾਂ ਪਿਓ ਨੂੰ ਮਿਲ ਸਕਣ, ਲੈਣ ਦੇਣ ਥੋੜ੍ਹਾ ਜਿਹਾ ਹੋ ਜੇ, ਉਸ ਵਕਤ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ। ਸੋ ਇਹ ਬਹਾਨੇ ਬਣਾਏ ਗਏ ਸੀ, ਮਗਰ ਇਹ ਸੋਚਣਾ ਕਿ ਜੀ ਇੱਕ ਔਰਤ ਦੇ ਵਰਤ ਰੱਖਣ ਦੇ ਨਾਲ ਉਹਦੀ ਪਤੀ ਦੀ ਉਮਰ ਵੱਧ ਜੂਗੀ, ਹੁਣ ਇਹ ਕੋਈ ਦਿਮਾਗ ਨੂੰ ਬਹਿੰਦੀ ਹੈ ਗੱਲ? ਹਾਂ, ਫਿਰ ਤਾਂ ਕੀ ਕਹਿੰਦੇ ਆਦਮੀਆਂ ਨੂੰ ਜ਼ਿਆਦਾ ਰੱਖਣਾ ਚਾਹੀਦਾ। ਬਾਬਾ ਜੀ ਮੈਂ ਨਾ ਬਹੁਤ ਡਰਦੀ ਹਾਂ, ਜਿਸ ਤਰ੍ਹਾਂ ਬਚਪਨ 'ਚ ਮੈਂ ਭੂਤਾਂ ਪ੍ਰੇਤਾਂ ਤੋਂ ਬਹੁਤ ਡਰਦੀ ਸੀ, ਜਦੋਂ ਫਿਰ ਮੈਂ ਨਾਮਦਾਨ ਲਿਆ ਉਸ ਤੋਂ ਬਾਅਦ ਮੇਰਾ ਭੂਤਾਂ ਵਾਲਾ ਡਰ ਤਾਂ ਖਤਮ ਹੋ ਗਿਆ, ਪਰ ਉਦੋਂ ਜਿਸ ਤਰ੍ਹਾਂ ਐਕਸਪਲੇਨ ਕੀਤਾ ਗਿਆ ਕਿ ਅੰਦਰ ਐਨਸੈਸਟਰਸ ਕਦੀ ਕਦੀ ਦਿਖਦੇ ਹੈ ਜਾਂ ਮਤਲਬ ਇੱਦਾਂ ਦੀਆਂ ਚੀਜ਼ਾਂ, ਅਤੇ ਮੈਂ ਮਤਲਬ ਅੰਦਰ ਬੈਠਣ ਤੋਂ ਥੋੜ੍ਹਾ ਡਰਦੀ ਸੀਗੀ, ਉਸੇ ਕਰਕੇ ਮੇਰਾ ਗੈਪ ਪੈ ਗਿਆ। ਥੋੜ੍ਹੀ ਬਹੁਤ ਜਦੋਂ ਸੈਂਸੇਸ਼ਨ ਵੀ ਫੀਲ ਹੋਈ ਉਸ ਤੋਂ ਮੈਨੂੰ ਹੋਰ ਜ਼ਿਆਦਾ ਡਰ ਪੈ ਗਿਆ, ਉਹਦੇ ਨਾਲ ਕਿ ਮੇਰਾ ਗੈਪ ਵੀ ਕ੍ਰੀਏਟ ਹੋ ਗਿਆ। ਹੁਣ ਮੈਨੂੰ ਇਸ ਵਕਤ ਲੱਗਦਾ ਕਿ ਮੈਂ ਬਿਲਕੁਲ ਜ਼ੀਰੋ 'ਤੇ ਬੈਠੀ ਹੋਈ ਹਾਂ। ਬੇਟਾ ਜ਼ੀਰੋ ਤੋਂ ਪਹਿਲਾਂ ਕੋਈ ਨਹੀਂ ਹੁੰਦਾ, ਔਰ ਦੂਜੀ ਗੱਲ ਬੇਟਾ ਜਿਹਦੇ ਨਾਲ ਵੀ ਸੰਬੰਧ ਹੋਵੇ, ਜਿਹਨੇ ਸਾਡੇ ਜ਼ਿੰਦਗੀ ਵਿੱਚ ਪ੍ਰਭਾਵ ਪਾਇਆ ਹੋਵੇ ਪਹਿਲੀਆਂ ਜ਼ਿੰਦਗੀਆਂ ਵਿੱਚ, ਉਹਦੀ ਸ਼ਕਲ ਦਿਖਾਈ ਦੇਊਗੀ, ਭਾਵੇਂ ਬਜ਼ੁਰਗ ਹੈ ਤੁਹਾਡੇ, ਭਾਵੇਂ ਯਾਰ ਦੋਸਤ ਹੈ, ਭਾਵੇਂ ਕੋਈ ਹੋਰ ਰਿਸ਼ਤੇਦਾਰ, ਠੀਕ ਹੈ ਨਾ। ਸੋ ਇਹ ਨਾ ਸੋਚੋ ਕਿ ਸਿਰਫ ਰਿਸ਼ਤੇਦਾਰਾਂ ਦੀਆਂ ਸ਼ਕਲਾਂ ਨਜ਼ਰ ਆਉਣਗੀਆਂ ਜਾਂ ਉਹਨਾਂ ਦੇ ਨਾਲ ਹੀ ਤਾਲੁਕ ਹੈ, ਜਿਹਨੇ ਵੀ ਪ੍ਰਭਾਵ ਪਾਇਆ ਹੋਵੇ ਬੇਟਾ, ਉਹ ਸਿਰਫ ਪ੍ਰਭਾਵ ਪਾ ਸਕਦੇ, ਹੋਰ ਕੁਛ ਨਹੀਂ ਕਰ ਸਕਦੇ। ਅਸੀਂ ਅੱਗੇ ਜਾ ਕੇ ਸੰਬੰਧ ਜੋੜ ਕੇ ਕੋਈ ਚੰਗਾ ਹੈਗਾ ਕੋਈ ਮਾੜਾ ਹੈ, ਅਸੀਂ ਡਰ ਕੇ ਬਹਿ ਜਾਂਦੇ ਹਾਂ, ਸਾਨੂੰ ਕੋਈ ਡਰਨ ਦੀ ਲੋੜ ਨਹੀਂ ਬੇਟਾ। ਜਿਵੇਂ ਮੈਂ ਬੇਨਤੀ ਕੀਤੀ ਨਾ, ਉਹ ਕਿਤਾਬ ਵਿੱਚ ਜੋ ਲਿਖਿਆ ਹੈ ਜੇ ਸਿਮਰਨ ਕਰਦੇ ਰਹੋਗੇ ਉਹ ਮਿਟਦਾ ਜਾਊਗਾ, ਜੇ ਪੜ੍ਹਨਾ ਸ਼ੁਰੂ ਕਰ ਦਿਓਗੇ, ਪਰਖ ਕਰਨੀ ਸ਼ੁਰੂ ਕਰ ਦਿਓਗੇ, ਤਾਂ ਤੁਸੀਂ ਉਹਨੂੰ ਤਾਕਤ ਦੇ ਰਹੇ ਹੋ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾਉਣ ਦਾ ਬੇਟਾ, ਕੁਛ ਨਹੀਂ ਹੋ ਸਕਦਾ। ਇਸ ਕਰਕੇ ਬੇਟਾ ਭਜਨ ਸਿਮਰਨ ਕਰੋ, ਡਰਨ ਦੀ ਕੋਈ ਲੋੜ ਨਹੀਂ, ਕੋਈ ਤਾਕਤ ਨਹੀਂ ਜਿਹੜਾ ਆਪਣਾ ਬਾਲ ਬਾਂਕਾ ਕਰ ਸਕਦਾ, ਇਹ ਦੁਨੀਆ ਦੀ ਰੀਤ ਹੈ। ਕਮਜ਼ੋਰੀ ਦਿਖਾਓਗੇ ਸਾਰੇ ਫਾਇਦਾ ਉਠਾਉਣਗੇ, ਤਾਕਤ ਦਿਖਾਓਗੇ ਕੋਈ ਬਾਲ ਨਹੀਂ ਬਾਂਕਾ ਕਰ ਸਕਦਾ। ਬਾਬਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਹਰ ਚੀਜ਼ ਬਖਸ਼ੀ, ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਕਮੀਆਂ ਤਾਂ ਮੇਰੇ 'ਚ ਕਮੀਆਂ ਨੇ, ਬਸ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਬਲ ਬਖਸ਼ਣਾ, ਦੁੱਖ ਸੁੱਖ 'ਚ ਹਿੰਮਤ ਬਣਾਈ ਰੱਖਣਾ ਅਤੇ ਮੁਕਤੀ ਦੇ ਦੇਣਾ। ਥੈਂਕ ਯੂ ਬਾਬਾ ਜੀ। ਜ਼ਿੰਦਗੀ 'ਚ ਕੁਛ ਐਸੇ ਸਰਕਮਸਟਾਂਸਿਸ ਜਾਂ ਸਿਚੁਏਸ਼ਨਸ ਖੜੀ ਹੋ ਜਾਂਦੀਆਂ ਹੈ ਕਿ ਸਾਨੂੰ ਜ਼ਿੰਦਗੀ ਦੇ ਕੁਛ ਫੈਸਲੇ ਆਪਣੇ ਮਾਂ ਬਾਪ ਦੀ ਮਰਜ਼ੀ ਦੇ ਅਨੁਸਾਰ ਲੈਣੇ ਪੈਂਦੇ ਨੇ ਜਾਂ ਉਹਨਾਂ ਦੇ ਕਿਹੇ ਮਤਲਬ ਚੱਲਣਾ ਪੈਂਦਾ ਹੈ, ਅਤੇ ਜਿਸ ਦੇ ਵਿੱਚ ਸਾਡੇ ਘਰ ਵਾਲੇ ਜਾਂ ਪਤਨੀ ਦੀ ਮਰਜ਼ੀ ਨਹੀਂ ਹੁੰਦੀ ਜਾਂ ਉਹ ਉਹਨਾਂ ਤੋਂ ਥੋੜ੍ਹਾ ਅਲੱਗ ਹੁੰਦੀ ਹੈ, ਐਸੀ ਸਿਚੁਏਸ਼ਨ 'ਚ ਸਾਨੂੰ ਕੀ ਕਰਨਾ ਚਾਹੀਦਾ ਹੈ? ਕਿਉਂਕਿ ਅਗਰ ਅਸੀਂ ਮਾਂ ਬਾਪ ਦੀ ਸੁਣਦੇ ਹਾਂ ਤਾਂ ਘਰ ਵਾਲੀ ਮੂੰਹ ਫੁਲਾਉਂਦੀ ਹੈ, ਅਗਰ ਉਹਦੀ ਸੁਣਦੇ ਹਾਂ ਤਾਂ ਮਾਂ ਬਾਪ ਦੀਆਂ ਨਜ਼ਰਾਂ 'ਚ ਗਿਰਦੇ ਹਾਂ, ਸਾਨੂੰ ਕੀ ਕਰਨਾ ਚਾਹੀਦਾ? ਇਹ ਹੱਸੋ ਨਾ, ਤੁਹਾਡੇ ਸਾਰਿਆਂ ਦੇ ਨਾਲ ਵਰਤਦੀ ਹੈ, ਇਹਨੇ ਸਵਾਲ ਸਹੀ ਪੁੱਛਿਆ। ਬੇਟਾ ਦੇਖੋ, ਆਪਾਂ ਸਹੀ ਕਰਨਾ ਹੈਗਾ, ਠੀਕ ਹੈ ਨਾ। ਮਾਂ ਬਾਪ ਦਾ ਆਪਣਾ ਦਰਜ਼ ਹੈ ਤਾਂ ਘਰ ਵਾਲੀ ਦਾ ਆਪਣਾ ਦਰਜ਼ ਹੈ।
ਆਪਾਂ ਨਹੀਂ ਪਕਸ਼ਪਾਤ ਕਰਨਾ ਬੇਟਾ, ਇਹ ਨਹੀਂ ਸੋਚਣਾ ਕਿ ਕਿਉਂਕਿ ਇਹ ਮੇਰੇ ਮਾਂ ਬਾਪ ਹੈ ਤਾਂ ਮੈਂ ਉਹਦੇ ਉੱਤੇ ਜ਼ੁਲਮ ਕਰਨਾ, ਠੀਕ ਹੈ, ਜਾਂ ਮਾਂ ਬਾਪ ਦੇ ਉੱਤੇ ਜ਼ੁਲਮ ਕਰਨਾ ਕਿਉਂਕਿ ਮੇਰੀ ਘਰਵਾਲੀ ਕਹਿੰਦੀ ਹੈ। ਆਪਾਂ ਸਹੀ ਕਰਨਾ ਬੇਟਾ, ਹਰੇਕ ਦੀ ਗੱਲ ਸੁਣੋ, ਮਾਂ ਬਾਪ ਦੀ ਵੀ ਸੁਣੋ, ਉੱਥੇ ਵੀ ਉਹਨਾਂ ਦੇ ਸੋਚ ਵਿੱਚ ਵੀ ਕੋਈ ਨਾ ਕੋਈ ਤੁਹਾਡਾ ਫਾਇਦਾ ਹੀ ਹੈ, ਜੋ ਘਰਵਾਲੀ ਕਹਿੰਦੀ ਹੈ ਉਹਦੇ ਵਿੱਚ ਵੀ ਕੋਈ ਨਾ ਕੋਈ ਲੌਜਿਕ ਹੈਗਾ, ਦੋਨਾਂ ਦੀ ਸੁਣੋ। ਔਰ ਫਿਰ ਦੇਖੋ ਬੇਟਾ ਕਿ ਆਪਾਂ ਘਰ ਦਾ ਮਾਹੌਲ ਠੀਕ ਰੱਖਣਾ ਹੈ ਉਹ ਕਿਵੇਂ ਰੱਖਣਾ ਬੇਟਾ। ਹੁਣ ਇਹ ਜ਼ਿਆਦਾਤਰ ਬੇਟਾ ਮੁੰਡਿਆਂ ਦੇ ਉੱਤੇ ਡਿਪੈਂਡ ਕਰਦਾ, ਮੁੰਡਾ ਜ਼ਿੰਮੇਵਾਰੀ ਨਿਭਾਊਗਾ, ਕਦੇ ਮਾਂ ਬਾਪ ਔਰ ਬੀਵੀ ਵਿੱਚ ਫਰਕ ਨਹੀਂ ਹੋ ਸਕਦਾ। ਜਿੱਥੇ ਮੁੰਡਾ ਕਮਜ਼ੋਰ ਪੈ ਜਾਂਦਾ ਜਾਂ ਉਹ ਪੱਖਪਾਤ ਕਰਦਾ ਨਾ, ਉੱਥੇ ਲੜਾਈ ਝਗੜੇ ਹੁੰਦੇ ਆ ਬੇਟਾ। ਸੋ ਇਸ ਕਰਕੇ ਤੁਸੀਂ ਪੱਖਪਾਤ ਨਹੀਂ ਕਰਨਾ ਬੇਟਾ, ਤੁਸੀਂ ਇਹ ਦੇਖੋ। ਕਈ ਵਾਰੀ ਸਾਨੂੰ ਬੀਵੀ ਨੂੰ ਸਮਝਾਉਣਾ ਪੈਂਦਾ ਅਤੇ ਕਈ ਵਾਰੀ ਆਪਾਂ ਨੂੰ ਮਾਂ ਬਾਪ ਨੂੰ ਸਮਝਾਉਣਾ ਪੈਂਦਾ, ਆਪਾਂ ਸਹੀ ਕਰਨਾ। ਦੂਸਰਾ, ਬਾਬਾ ਜੀ ਇੱਕ ਗਲਤੀ ਕਰ ਬੈਠੇ ਸੀ ਜਿਸ 'ਤੇ ਕਰਕੇ 6 ਮਹੀਨੇ ਇੱਕ ਦੂਜੇ ਤੋਂ ਅਲੱਗ ਹੋ ਗਏ ਅਤੇ ਹੁਣ ਦੁਬਾਰਾ ਪੈਚਅਪ ਹੋਇਆ ਬਾਬਾ ਜੀ, ਅਤੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਾਂ, ਆਪਣੀ ਦਇਆ ਮਿਹਰ ਬਣਾਉਣਾ ਬੇਟਾ। ਕਦਰ ਕਰੋ ਜੀ ਬੇਟਾ, ਇਹ ਗਲਤੀਆਂ ਦੇ ਨਾਲ ਬੇਟਾ ਇਹੋ ਜਿਹਾ ਬੋਝ ਪਊਗਾ, ਸਾਡੇ ਤੋਂ ਚੁੱਕਿਆ ਵੀ ਨਹੀਂ ਜਾਣਾ ਬੇਟਾ, ਠੀਕ ਹੈ ਨਾ। ਮਾਲਕ ਨੇ ਜੇ ਆਪਣੇ ਉੱਤੇ ਬਖਸ਼ਿਸ਼ ਕੀਤੀ ਹੈ ਤਾਂ ਆਪਾਂ ਸੰਭਾਲ ਕੇ ਰੱਖੀਏ ਬੇਟਾ, ਸੰਭਾਲ ਕੇ ਚੱਲ। ਉਹਦੇ 'ਤੇ ਵੀ ਨਾਮਦਾਨ ਦੀ ਬਖਸ਼ਿਸ਼ ਕਰਨਾ ਬਾਬਾ ਜੀ, ਭਜਨ ਸਿਮਰਨ ਸੇਵਾ, ਮਾਂ ਬਾਪ ਦੀ ਸੇਵਾ। ਰਾਸੋਮੀ ਬਾਬਾ ਜੀ, ਬਾਬਾ ਜੀ ਜਿੱਦਾਂ ਜ਼ਿੰਦਗੀ 'ਚ ਬੜਾ ਕੁਛ ਕਰ ਲਿਆ ਹੁਣ ਤੱਕ, ਪਰ ਬਾਬਾ ਜੀ ਸਕਸੈਸ ਨਹੀਂ ਮਿਲ ਰਹੀ, ਕੀ ਮਤਲਬ ਇਹ ਹਾਰਡਵਰਕ 'ਚ ਕਮੀ ਹੈ ਕਿ ਡੈਸਟੀਨੀ ਹੈ? ਬੇਟਾ ਆਪਾਂ ਜਲਦਬਾਜ਼ੀ ਕਰਦੇ ਹਾਂ, ਅੱਜ ਕੱਲ੍ਹ ਦੇ ਨੌਜਵਾਨ ਬੱਚੇ ਸਾਰੇ ਬਹੁਤ ਜਲਦਬਾਜ਼ੀ ਕਰਦੇ ਆ। ਜੇ ਬੇਟਾ ਸਾਰੀਆਂ ਚੀਜ਼ਾਂ ਜਲਦੀ ਮਿਲ ਜਾਣਗੀਆਂ ਨਾ ਤਾਂ ਕਦਰ ਨਹੀਂ ਹੁੰਦੀ ਬੇਟਾ। ਆਪਾਂ ਆਪਣੇ ਆਪ ਨੂੰ ਸਪੇਸ ਆਊਟ ਕਰਨਾ ਬੇਟਾ, ਹਰ ਇੱਕ ਚੀਜ਼ ਦਾ ਵਕਤ ਹੁੰਦਾ। ਇਹ ਜਿਹੜਾ ਤੁਹਾਡਾ ਵਕਤ ਹੈ ਨਾ, ਮਿਹਨਤ ਕਰਨ ਦਾ ਬੇਟਾ, ਮਿਹਨਤ ਕਰਾਂਗੇ ਮਾਲਕ ਜ਼ਰੂਰ ਬਖਸ਼ਿਸ਼, ਤੁਹਾਡੀ ਮਿਹਨਤ ਕਦੇ ਫਜ਼ੂਲ ਨਹੀਂ ਜਾਂਦੀ, ਮਿਲੂਗਾ, ਮਗਰ ਮਾਲਕ ਦੇਵੇ ਉਦੋਂ ਜਦੋਂ ਸਾਨੂੰ ਉਸ ਚੀਜ਼ ਦਾ ਫਾਇਦਾ ਹੋਵੇ। ਹੁਣ ਆਪਾਂ ਛੇਤੀ ਲੈ ਕੇ, ਹੁਣ ਕੀ ਹੁੰਦਾ ਕਿਸੇ ਨੂੰ ਜ਼ਿਆਦਾ 20-21 ਸਾਲ ਦੀ ਉਮਰ ਵਿੱਚ ਹੀ ਉਹਨੂੰ ਪੈਸਾ ਮਿਲ ਜਾਂਦਾ, ਸਕਸੈਸ ਮਿਲ ਜਾਂਦੀ ਹੈਗੀ ਹੈ, ਫਿਰ ਪੁੱਠੇ ਪਾਸੇ ਬਹਿ ਜਾਂਦਾ ਬੇਟਾ। ਸੋ ਇਸ ਕਰਕੇ ਜਲਦਬਾਜ਼ੀ ਨਾ ਕਰੋ, ਆਪਾਂ ਭਾਣੇ 'ਚ ਰਹਿਣਾ, ਮਿਹਨਤ ਕਰੋ, ਮਿਲੂਗਾ ਜ਼ਰੂਰ, ਮਗਰ ਮਿਲੇ ਉਦੋਂ ਜਦੋਂ ਅਸੀਂ ਉਹਦੀ ਕਦਰ ਕਰਾਂਗੇ ਆਪਣੀ ਮੰਗ ਦੇ ਨਾਲ। ਠੀਕ ਹੈ ਬਾਬਾ ਜੀ, ਸੈਕਿੰਡ ਕੁਐਸਚਨ ਹੈ ਬਾਬਾ ਜੀ, ਜਿੱਦਾਂ ਸਾਨੂੰ ਲਵ ਮੈਰਿਜ ਕਰਾਉਣੀ ਚਾਹੀਦੀ ਹੈ ਕਿ ਅਰੇਂਜ? ਬੇਟਾ ਦੇਖੋ, ਦੋਨਾਂ 'ਚ ਆਪਣਾ ਫਾਇਦਾ ਹੈ, ਦੋਨਾਂ 'ਚ ਆਪਣਾ ਨੁਕਸਾਨ ਹੈ ਬੇਟਾ। ਜਦੋਂ ਮਾਂ ਬਾਪ ਦੇਖਦੇ ਆ ਨਾ ਬੇਟਾ, ਬਹੁਤ ਕੁਛ ਦੇਖਦੇ ਆ, ਉਹਨਾਂ ਨੇ ਪਰਿਵਾਰ ਵੀ ਦੇਖਣਾ ਹੈ, ਉਹਨਾਂ ਨੇ ਇਹ ਦੇਖਣਾ ਕਿ ਬਈ ਮੇਰੇ ਬੱਚੇ ਵਿੱਚ ਤਾਕਤਾਂ ਵੀ ਹੈ, ਕਮਜ਼ੋਰੀਆਂ ਵੀ ਹੈ। ਉਹ ਇਹੋ ਜਿਹੀ ਕੁੜੀ ਲੱਭਦੇ ਆ ਕਿ ਜਿਹੜੀ ਇਹਦੀ ਕਮਜ਼ੋਰੀ ਹੈ ਉਹਦੇ ਨਾਲ ਇਹ ਸਹਾਰਾ ਬਣੂਗੀ, ਦੂਜੀ ਕੁੜੀ ਆ ਕੇ ਸਾਰਾ ਕੁਛ ਦੇਖਦੇ ਆ ਬੇਟਾ। ਅਸੀਂ ਕੀ ਦੇਖਦੇ ਹਾਂ, ਮੁੰਡੇ ਕੀ ਦੇਖਦੇ ਆ, ਉਹਨਾਂ ਨੂੰ ਤਾਂ ਸੂਰਤ ਦਿਖਾਈ ਦਿੰਦੀ ਹੈ, ਉਹ ਧੇਲਾ ਨਹੀਂ ਦਿਖਾਈ ਦਿੰਦਾ, ਠੀਕ ਹੈ ਨਾ। ਅੱਛਾ, ਉਹ ਜਿਹੜੀ ਸੂਰਤ ਹੈ ਉਹਦਾ ਚਾਹ ਚੰਦ ਦਿਨ ਚੰਦ ਮਹੀਨੇ ਰਹਿਣੇ ਹੈ, ਉਹਦੇ ਬਾਅਦ ਤਾਂ ਸਾਨੂੰ ਕੋਈ ਡੈਕੋਰੇਸ਼ਨ ਪੀਸ ਤਾਂ ਚਾਹੀਦਾ ਨਹੀਂ ਗਾ, ਸਾਨੂੰ ਜੀਵਨ ਦਾ ਸਾਥੀ ਚਾਹੀਦਾ ਬੇਟਾ। ਹੁਣ ਜੀਵਨ ਦਾ ਸਾਥੀ ਚੰਗਾ ਉਹੀ ਹੋ ਸਕਦਾ ਜਿਹਦੇ ਨਾਲ ਤੁਹਾਡੀ ਸੋਚ ਮਿਲੇ, ਔਰ ਜੇ ਸੋਚ ਨਹੀਂ ਮਿਲਦੀ ਭਾਵੇਂ ਜਿੰਨਾ ਮਰਜ਼ੀ ਸੋਹਣੀ ਹੋਵੇ, ਡੈਕੋਰੇਸ਼ਨ ਪੀਸ ਤਾਂ ਆਪਾਂ ਮੈਂਟਲ ਪੀਸ ਰੱਖਣਾ ਨਹੀਂ ਗਾ ਬੇਟਾ। ਸੋ ਆਪਾਂ ਜਦੋਂ ਕਿਸੇ ਨੂੰ ਇਹ ਜਿਹੜਾ ਤੁਹਾਡਾ ਸੋ ਕੋਲਡ ਲਵ ਮੈਰਿਜ ਹੈ, ਤੁਸੀਂ ਇੱਕ ਦੂਜੇ ਨੂੰ ਦੇਖਦੇ ਹੋ, ਮਿਲਦੇ ਹੋ, ਸਾਰੀ ਬੈਸਟ ਬਿਹੇਵੀਅਰ 'ਤੇ ਹੁੰਦੇ ਆ, ਅਸਲੀਅਤ ਨਹੀਂ ਪਤਾ ਚੱਲਦੀ ਬੇਟਾ। ਅਸਲੀਅਤ ਉਦੋਂ ਪਤਾ ਚੱਲਦੀ ਹੈ ਜਦੋਂ ਨਾਲ ਰਹਿਣਾ ਪੈਂਦਾ, ਨਹੀਂ? ਸੋ ਇਸ ਕਰਕੇ ਤੁਹਾਡੇ ਉੱਤੇ ਬੇਟਾ, ਅੱਜ ਕੱਲ੍ਹ ਮੁੰਡੇ ਦੇਖਦੇ ਤਾਂ ਹੈ ਨਹੀਂ ਕੁਛ। ਠੀਕ ਬਾਬਾ, ਥੈਂਕ ਯੂ। ਰਾਧਾ ਸੁਆਮੀ ਬਾਬਾ ਜੀ, ਬਾਬਾ ਜੀ ਸ਼ੁਕਰ ਹੈ ਤੁਹਾਡਾ, ਤੁਸੀਂ ਅੱਜ ਮੌਕਾ ਦਿੱਤਾ ਦਰਸ਼ਨ ਦੇਣ ਦਾ। ਬਾਬਾ ਜੀ ਮੇਰਾ ਕੁਸ਼ਚਨ ਇਹ ਹੈ ਕਿ ਕਈ ਵਾਰੀ ਲਾਈਫ ਵਿੱਚ ਇੱਦਾਂ ਜੇ ਮਤਲਬ ਡਿਸੀਜ਼ਨ ਲੈਣਾ ਪੈਂਦਾ ਕਿ ਇੱਦਾਂ ਜੀ ਸਿਚੁਏਸ਼ਨ ਆ ਜਾਂਦੀ ਹੈ, ਆਪਾਂ ਨੂੰ ਸਮਝ ਨਹੀਂ ਆਉਂਦਾ ਕਿ ਆਪਾਂ ਕੀ ਕਰੀਏ, ਮਨ ਬਹੁਤ ਡਾਵਾਂਡੋਲ ਹੋ ਜਾਂਦਾ, ਬਹੁਤ ਦਿਮਾਗ ਖਰਾਬ ਹੋ ਜਾਂਦਾ, ਕੁਛ ਕਰ ਨਹੀਂ ਸਕਦੇ। ਕਈ ਕਹਿੰਦੇ ਕਿ ਤੁਸੀਂ ਆਪਣੇ ਗੁਰੂਆਂ ਕੋਲ ਜਾਓ, ਅਸੀਂ ਆਪਣੇ ਗੁਰੂਆਂ ਕੋਲ ਜਾਂਦੇ ਹਾਂ। ਬਾਬਾ ਜੀ ਸਾਡੇ ਤਾਂ ਸਭ ਕੁਛ ਤੁਸੀਂ ਹੋ, ਉਹ ਕਹਿੰਦੇ ਅਸੀਂ ਆਪਣੇ ਗੁਰੂਆਂ ਕੋਲ ਜਾਂਦੇ, ਸਾਨੂੰ ਸਾਰੇ ਚੀਜ਼ਾਂ ਦਾ ਹੱਲ ਮਿਲ ਜਾਂਦਾ ਅਤੇ ਸਾਨੂੰ ਸਭ ਕੁਛ ਦੱਸ ਦਿੰਦੇ, ਇਹ ਕਰਨਾ ਚਾਹੀਦਾ, ਤੁਹਾਨੂੰ ਇਹ ਕਰਨਾ ਚਾਹੀਦਾ। ਬਾਬਾ ਜੀ ਹੁਣ ਅਸੀਂ ਕੀ ਕਰੀਏ, ਸਾਡੇ ਤਾਂ ਸਭ ਕੁਛ ਤੁਸੀਂ ਹੋ। ਬੇਟਾ ਮੈਨੂੰ ਇੱਕ ਚੀਜ਼ ਦੱਸੋ, ਦੇਖੋ ਬੱਚਾ ਜਦੋਂ ਛੋਟਾ ਹੁੰਦਾ ਹੈ ਨਾ, ਮਾਂ ਬਾਪ ਉਹਦੇ ਵਾਸਤੇ ਸਾਰਾ ਕੁਛ ਕਰਦੇ ਆ। ਹਾਂਜੀ, ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ,
ਮਾਂ ਬਾਪ ਨੂੰ ਹੁੰਦਾ ਹੈ ਕਿ ਇਹ ਖੁਦ ਮੁਖਤਿਆਰ ਹੋਵੇ। ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਦੋਂ ਪੂਰੀ ਹੁੰਦੀ ਹੈ ਜਦੋਂ ਬੱਚਾ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਖੜਾ ਹੁੰਦਾ ਬੇਟਾ। ਹੁਣ ਮਾਂ ਬਾਪ ਵਾਸਤੇ ਬਹੁਤ ਆਸਾਨ ਹੈ ਕਿ ਸਾਰਾ ਕੁਛ ਬੱਚੇ ਵਾਸਤੇ ਕਰੀ ਜਾਣ, ਮਗਰ ਬੱਚੇ ਨੇ ਫਿਰ ਸਿੱਖਣਾ ਨਹੀਂ, ਔਰ ਜੇ ਸਿੱਖੂਗਾ ਨਹੀਂ ਮਾਂ ਬਾਪ ਸਦਾ ਵਾਸਤੇ ਰਹਿ ਨਹੀਂ ਸਕਦੇ। ਜਦੋਂ ਇਕੱਲਾ ਰਹਿ ਗਿਆ ਫਿਰ ਕਿਵੇਂ ਅੱਗੇ ਚੱਲੂਗਾ ਬੇਟਾ। ਹੁਣ ਅਸੀਂ ਖੁਦ ਮੁਖਤਿਆਰ ਹੋਣਾ ਕਿ ਨਹੀਂ ਹੋਣਾ? ਬਿਲਕੁਲ, ਅਸੀਂ ਤਾਂ ਆਸਾਨ ਰਸਤਾ ਲੱਭਦੇ ਹਾਂ ਕਿ ਕਿਸੇ ਕੋਲ ਜਾ ਕੇ ਪੁੱਛ ਲਈਏ ਕਿ ਉਹ ਸਾਨੂੰ ਦੱਸ ਦੇ। ਨਹੀਂ ਬਟ ਬਾਬਾ ਜੀ, ਕਈ ਵਾਰ ਇੱਦਾਂ ਹੁੰਦਾ ਕੁਝ ਚੀਜ਼ਾਂ ਦੇ ਸਵਾਲ ਆਪਾਂ ਨੂੰ ਇਮੀਡੀਏਟਲੀ ਚਾਹੀਦੇ ਹੁੰਦੇ ਆ, ਸਮਝ ਨਹੀਂ ਆਉਂਦਾ, ਦਿਮਾਗ ਖਰਾਬ ਹੋ ਜਾਂਦਾ। ਇੱਕ ਪਾਸੇ ਕਹਿੰਦੇ ਕਿ ਵਕਤ ਕੋਈ ਨਹੀਂ ਤੁਹਾਨੂੰ ਜਵਾਬ ਦੇ ਸਕਦਾ, ਕੋਈ ਨਹੀਂ ਦੇ ਸਕਦਾ, ਵੱਡੇ ਤੋਂ ਵੱਡਾ ਬਾਬਾ ਲਿਆਓ, ਠੀਕ ਹੈ, ਮਿਲੂਗਾ ਅੰਦਰੋਂ ਮਿਲੂਗਾ। ਬਾਬਾ ਜੀ ਅੰਦਰੋਂ ਤਾਂ ਬਹੁਤ ਕੋਸ਼ਿਸ਼ ਕਰਦੇ ਆ, ਬਸ ਤੁਹਾਡਾ ਆਸ਼ੀਰਵਾਦ ਚਾਹੀਦਾ। ਨਹੀਂ ਬੇਟਾ, ਜਿੰਨਾ ਚਿਰ ਆਪਾਂ ਮਿਹਨਤ ਕਰਕੇ ਉਸ ਚੀਜ਼ ਨੂੰ ਆਪਾਂ ਜਾਗਰਿਤ ਨਹੀਂ ਕਰਾਂਗੇ, ਆਪਣਾ ਵਿਵੇਕ ਪੂਰੀ ਤਰ੍ਹਾਂ ਇਸਤੇਮਾਲ ਨਹੀਂ ਕਰਾਂਗੇ, ਅਸੀਂ ਤਾਂ ਝੂਠੀਆਂ ਤਸੱਲੀਆਂ 'ਚ ਬੈਠੇ ਹਾਂ। ਦੇਖੋ ਮੇਰੇ ਵਾਸਤੇ ਬੜਾ ਆਸਾਨ ਹੈ, ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਫਿਕਰ ਨਾ ਕਰੋ, ਐਂ ਕਰ ਲਓ, ਸਭ ਠੀਕ ਹੋ ਜੂਗਾ, ਅੱਗੇ ਜਾ ਕੇ ਨਾ ਹੋਇਆ ਕਿਹਨੂੰ ਫੜੋਂਗੇ ਤੁਸੀਂ? ਲੇਕਿਨ ਬਾਬਾ ਜੀ ਜਦੋਂ ਕਹਿੰਦੇ ਨਾ ਆਪਣਾ ਗੁਰੂ ਆ ਕੇ ਕਹਿ ਦੇਵੇ ਕਿ ਹਾਂ ਵੀ ਬੇਟਾ ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਹੈਗਾ ਵਾਂ, ਕਿੰਨੇ ਮਨ ਨੂੰ ਤਸੱਲੀ ਮਿਲਦੀ ਇਸ ਚੀਜ਼ ਦੀ। ਉਹ ਦੱਸਣ ਦੇ ਨਾਲ ਨਾਲ ਹੈ, ਉਹ ਨਹੀਂ ਸਾਨੂੰ ਪਤਾ ਚੱਲਦਾ ਬੇਟਾ। ਜੇ ਤੁਸੀਂ, ਮੈਂ ਕਹਿੰਦਾ ਉਹ 100 ਵਾਰੀ ਦੱਸੇ, ਜੇ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਤਾਂ ਮਨ ਚ ਤਾਂ ਬਾਬਾ ਜੀ ਉਹ ਤਾਂ ਹੈ ਹੀ, ਤੁਸੀਂ ਸਾਡੇ ਅੰਗ ਸੰਗ ਰਹਿੰਦੇ ਹੋ, ਹਮੇਸ਼ਾ ਸਾਨੂੰ ਹਰ ਪਲ ਮਹਿਸੂਸ ਹੁੰਦਾ ਹੈ। ਤੁਹਾਨੂੰ ਦਿਖਦਾ ਹੈ ਕਿ ਨਹੀਂ ਦਿਖਦਾ? ਬਿਲਕੁਲ ਬਾਬਾ ਜੀ ਦਿਖਦਾ, ਨਹੀਂ ਦਿਖਦਾ ਤੁਹਾਨੂੰ, ਇਸੇ ਕਰਕੇ ਵਿਸ਼ਵਾਸ ਨਹੀਂ। ਜਿੱਦਣ ਦਿਖਿਆ ਤੁਸੀਂ ਪੁੱਛਣਾ ਨਹੀਂ ਸਵਾਲ ਹੈ। ਜੇ ਆਪਣਾ ਮਨ ਡੋਲਦਾ, ਇਸੇ ਕਰਕੇ ਡੋਲਦਾ ਹੈ ਕਿਉਂਕਿ ਸੁਣੀਆਂ ਸੁਣਾਈਆਂ ਗੱਲਾਂ 'ਤੇ ਆਪਾਂ ਬਣਾਇਆ ਹੋਇਆ। ਜਿੱਦਣ ਸਾਨੂੰ ਅਹਿਸਾਸ ਹੋ ਗਿਆ ਨਾ ਕਿ ਮਾਲਕ ਅੰਗ ਸੰਗ ਹੈ, ਕਾਹਨੂੰ ਡੋਲਾਂਗੇ? ਕੋਈ ਸਵਾਲ ਹੀ ਨਹੀਂ ਰਹਿਣਾ ਫਿਰ ਤਾਂ, ਉਂਗਲੀ ਫੜੀ ਹੋਈ ਹੈ, ਜਿੱਧਰ ਬਾਪ ਲੈ ਕੇ ਜਾਊਗਾ ਅਤੇ ਤੁਰ ਪਾਂਗੇ। ਮਗਰ ਸਾਡਾ ਬੇਟਾ, ਅਸੀਂ ਸੁਣੀਆਂ ਸੁਣਾਈਆਂ ਗੱਲਾਂ 'ਤੇ ਚੱਲਦੇ, ਸਾਨੂੰ ਹਾਲੇ ਉਸ ਚੀਜ਼ ਦਾ ਅਹਿਸਾਸ ਨਹੀਂ ਹੋਇਆ। ਉਹ ਕਿਉਂ ਨਹੀਂ ਹੋਇਆ ਕਿ ਆਪਾਂ ਭਜਨ ਸਿਮਰਨ ਨਹੀਂ ਕਰਦੇ ਬੇਟਾ? ਉਹੀ ਤਾਂ ਬਾਬਾ ਜੀ, ਹੁਣ ਆਸ਼ੀਰਵਾਦ ਨਹੀਂ, ਆਪਾਂ ਬਾਹਰੋਂ ਲੱਭਦੇ ਹਾਂ, ਅੰਦਰੋਂ ਨਹੀਂ ਲੱਭਦੇ। ਨਹੀਂ ਨਹੀਂ, ਆਸ਼ੀਰਵਾਦ ਚਾਹੀਦਾ, ਤੁਹਾਡਾ ਹੱਥ ਚਾਹੀਦਾ ਕਿ ਹਾਂ ਵੀ। ਤੁਸੀਂ ਕਿਉਂ ਸਮਝਦੇ ਹੋ ਜੇ ਉਹਨੇ ਨਾਮਦਾਨ ਲਿੱਤਾ, ਸਾਡੀ ਜ਼ਿੰਮੇਵਾਰੀ ਲਿੱਤੀ ਹੈ, ਉਹ ਨਹੀਂ ਚਾਹੂਗਾ ਕਿ ਸਾਨੂੰ ਅਸੀਂ ਸਫਲ ਹੋਈਏ? ਬਿਲਕੁਲ ਚਾਹੂਗੇ। ਤਾਂ ਫਿਰ ਬੇਟਾ, ਜਦੋਂ ਸਾਨੂੰ ਸਮਝਾਉਂਦੇ ਹੈ ਕਿ ਤੁਸੀਂ ਇਸ ਰਸਤੇ ਦੇ ਉੱਤੇ ਚੱਲੋਗੇ, ਇਸ ਤਰ੍ਹਾਂ ਕਰੋਗੇ ਤਾਂ ਸਫਲਤਾ ਮਿਲੂਗੀ, ਉਹਨੂੰ ਆਪਾਂ ਮੰਨਦੇ ਨਹੀਂ ਗੇ। ਆਪਾਂ ਆਪਣੀ ਸੋਚ ਨੂੰ ਅੱਗੇ ਰੱਖੀਆਂ, ਨਹੀਂ ਜੀ ਉਹ ਤਾਂ ਠੀਕ ਹੈ ਪਰ ਤੁਸੀਂ ਐਂ ਕਰਦੇ ਹੋ। ਜਿੰਨਾ ਚਿਰ ਭਜਨ ਸਿਮਰਨ ਨਹੀਂ ਕਰੋਗੇ ਬੇਟਾ, ਕਿਸੇ ਝੂਠੀ ਤਸੱਲੀ ਚ ਉਹੀ ਤਾਂ ਬਾਬਾ ਜੀ ਆਸ਼ੀਰਵਾਦ ਚਾਹੀਦਾ ਤੁਹਾਡਾ, ਬਸ ਭਜਨ ਉਹ ਹਲੇ ਕਸਰ ਹੈ ਆਸ਼ੀਰਵਾਦ ਦੀ, ਬਾਬੇ ਨੇ ਟੂਟੀ ਬੰਦ ਕਰਤੀ? ਉਹਦੀ ਦਇਆ ਦੀ ਕੋਈ ਕਮੀ ਨੀ ਬੇਟਾ, ਉਹਦੀ ਰਹਿਮਤ ਦੀ ਕੋਈ ਕਮੀ ਨੀ, ਕਮੀ ਸਾਡੇ ਹਾਜ਼ਮੇ ਦੀ ਹੈ, ਸਾਡੀ ਕਦਰ ਦੀ, ਅਸੀਂ ਕਦਰ ਨਹੀਂ ਕਰਦੇ ਬੇਟਾ। ਜਿੱਦਣ ਕਦਰ ਕਰਾਂਗੇ ਨਾ, ਦੇਖੋ ਜਿਹੜੇ ਤੁਹਾਡੇ ਹੱਕ ਦੀ ਦੌਲਤ ਹੈ ਤੁਹਾਨੂੰ ਮਿਲੂਗੀ, ਕਿਸੇ ਹੋਰ ਨੂੰ ਨਹੀਂ ਮਿਲ ਸਕਦੀ, ਠੀਕ ਹੈ ਨਾ। ਮਗਰ ਮਾਂ ਪਿਓ ਉਦੋਂ ਦਿੰਦੇ ਆ ਜਦੋਂ ਬੱਚਾ ਕਦਰ ਕਰਦਾ, ਜੇ ਕਦਰ ਨਹੀਂ ਕਰਦਾ ਤਾਂ ਬਰਬਾਦ ਕਰਕੇ ਬਹਿ ਜੂਗਾ ਬੇਟਾ। ਮਿਲੂਗੀ ਸਾਨੂੰ, ਪਰ ਕਦਰ ਤਾਂ ਕਰੀਏ ਨਾ। ਬਿਲਕੁਲ, ਸ਼ੁਕਰੀਆ ਬਾਬਾ ਜੀ, ਤੁਸੀਂ ਜ਼ਿੰਦਗੀ ਸਭ ਕੁਛ ਬਖਸ਼ਿਆ ਬਾਬਾ ਜੀ, ਸਭ ਕੁਛ, ਮੇਰੀ ਸੋਚ ਤੋਂ ਵੱਧ ਕਿੱਥੇ ਦਿੱਤਾ ਬਾਬਾ ਜੀ ਮੈਨੂੰ। ਬਾਬਾ ਜੀ ਮੈਂ ਆਪਣੀ ਜ਼ਿੰਦਗੀ 'ਚ ਕੀ ਇਹੋ ਜਿਹੇ ਕਰਮ ਕਰਾਂ ਕਿ ਮੈਂ ਤੁਹਾਨੂੰ ਹਰ ਟਾਈਮ 24 ਘੰਟੇ ਤੁਹਾਨੂੰ ਅੰਗ ਸੰਗ ਯਾਦ ਰੱਖਾਂ, ਔਰ ਹਰ ਟਾਈਮ ਤੁਹਾਨੂੰ ਇੱਕ ਸਮੇਂ ਵੀ ਨਾ ਭੁੱਲਾਂ, ਤੁਹਾਨੂੰ ਇੱਕ ਮਿੰਟ ਵੀ ਨਾ ਭੁੱਲਾਂ ਬੇਟਾ। ਇੱਕ ਤਾਂ ਚੰਗੇ ਇਨਸਾਨ ਬਣੋ ਬੇਟਾ, ਇਨਸਾਨ ਇਨਸਾਨੀਅਤ ਭੁੱਲਦਾ ਜਾ ਰਿਹਾ ਹੈ, ਸਾਡੇ ਵਾਸਤੇ ਸਾਡੇ ਮਜ਼ਹਬ ਧਰਮ ਇਹ ਸਾਰੀਆਂ ਚੀਜ਼ਾਂ ਜ਼ਿਆਦਾ ਅਹਿਮ ਹੁੰਦੀਆਂ, ਇਨਸਾਨੀਅਤ ਅੱਗੇ ਰੱਖੋ ਬੇਟਾ, ਔਰ ਦੂਜਾ ਰੋਜ਼ ਭਜਨ ਸਿਮਰਨ ਕਰੋ, ਉਹਦੇ ਹੁਕਮ ਵਿੱਚ ਰਹਿਣ ਦੀ ਕੋਸ਼ਿਸ਼ ਕਰੋ, ਬਾਕੀ ਫਿਰ ਉਹਦੀ ਜ਼ਿੰਮੇਵਾਰੀ ਬਣਦੀ ਹੈ, ਬਾਕੀ ਫਿਰ ਉਹ ਆਪ ਕਰੋ। ਬਾਬਾ ਜੀ ਜਿੱਦਾਂ ਤੁਸੀਂ ਹਜ਼ੂਰ ਵੀ ਕਹਿੰਦੇ ਸੀਗੇ ਵੀ ਤੁਸੀਂ ਤੁਹਾਡਾ ਮਨ ਲੱਗੇ ਨਾ ਲੱਗੇ ਤੁਸੀਂ ਆਪਣਾ ਟਾਈਮ ਦੇਣਾ, ਔਰ ਨਿਤਨੇਮ ਤੁਹਾਡੀ ਦਇਆ ਨਾਲ ਔਰ ਬਖਸ਼ਿਸ਼ ਨਾਲ ਅਸੀਂ ਆਪਣਾ ਪੂਰੀ ਕੋਸ਼ਿਸ਼ ਕਰੀ, ਪਰ ਫਿਰ ਵੀ ਬਾਬਾ ਜੀ ਮਨ ਬਹੁਤ ਬਹੁਤ ਲੜਾਈ ਲੜਨੀ ਪੈਂਦੀ ਬਾਬਾ ਜੀ, ਬਹੁਤ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਨਾਮਦਾਨ ਦੀ ਬਖਸ਼ਿਸ਼ ਕੀਤੀ ਸੀ ਤੁਸੀਂ ਬਾਬਾ ਜੀ, ਉਸ ਟਾਈਮ ਤਾਂ ਮਨ ਜਿੱਦਾਂ ਐਨ ਟਾਈਮ ਵੀ ਜ਼ਿਆਦਾ ਲੱਗਦਾ ਸੀ, ਸਭ ਕੁਛ ਹੁੰਦਾ ਸੀ, ਪਰ ਬਾਬਾ ਜੀ ਜਿੱਦਾਂ ਜਿੱਦਾਂ ਟਾਈਮ ਬੀਤਦਾ ਗਿਆ ਉਸ ਤੋਂ ਬਾਅਦ ਯਾਨੀ ਮਨ ਦੁਨੀਆਂ 'ਚ ਫਸਦਾ ਗਿਆ ਬਾਬਾ ਜੀ। ਬੇਟਾ ਭਜਨ ਸਿਮਰਨ ਕਿਉਂ ਕਰਨਾ ਕਿ ਮਨ ਨੂੰ ਕਾਬੂ ਕਰ ਸਕੀਏ? ਅਸੀਂ ਕਹਿੰਦੇ ਹਾਂ ਪਹਿਲਾਂ ਮਨ ਕਾਬੂ ਹੋ ਜਾਵੇ ਫਿਰ ਕਰਾਂਗੇ, ਫਿਰ ਤਾਂ ਲੋੜ ਹੀ ਨਹੀਂ।
ਬਿਮਾਰ ਆਦਮੀ ਦਵਾਈ ਲਊਗਾ, ਇਹ ਤਾਂ ਨਹੀਂ ਕਹਿੰਦਾ ਜਦੋਂ ਮੈਂ ਠੀਕ ਹੋ ਜਾਊਂਗਾ ਫਿਰ ਲਊਂਗਾ। ਸੋ ਬੇਟਾ ਭਜਨ ਸਿਮਰਨ ਦਿੱਤਾ ਹੀ ਇਸੇ ਕਰਕੇ ਗਿਆ ਕਿ ਮਨ ਨੂੰ ਕਾਬੂ ਕਰੀਏ। ਬੇਟਾ ਹੁਣ ਮਨ ਬਾਗੀ ਕਿਹਨੇ ਕੀਤਾ? ਤੁਸੀਂ ਕੀਤਾ। ਵਿਗਾੜਿਆ ਕਿਹਨੇ? ਤੁਸੀਂ ਵਿਗਾੜਿਆ। ਕਾਬੂ ਕਿਹਨੇ ਕਰਨਾ? ਤੁਸੀਂ ਕਰਨਾ। ਬੇਟਾ ਹੁਣ ਆਪਾਂ ਭਜਨ ਸਿਮਰਨ ਕਰਾਂਗੇ, ਉਹਨੂੰ ਅੰਦਰੋਂ ਲੱਜ਼ਤ ਆਊਗੀ, ਤਾਂ ਦੁਨੀਆ ਦੇ ਰੰਗ ਤਮਾਸ਼ੇ ਫਿੱਕੇ ਬਹਿਣਗੇ। ਸੋ ਅਸੀਂ ਕਹਿੰਦੇ ਹਾਂ ਜੀ ਪਹਿਲਾਂ ਲੱਜ਼ਤ ਆ ਜਾਵੇ ਫਿਰ ਕਰਾਂਗੇ, ਫਿਰ ਤਾਂ ਲੋੜ ਹੀ ਨਹੀਂ ਰਹਿਣੀ ਬੇਟਾ। ਸੋ ਇਹ ਆਪਣੀ ਲੋੜ ਨੂੰ ਕਰਨਾ ਅਸੀਂ, ਅੰਦਰਲੀ ਤਾਰ ਜੋੜੋ ਬਾਬਾ ਜੀ। ਸ਼ੁਕਰੀਆ ਰਾਧਾ ਸਵਾਮੀ ਬਾਬਾ ਜੀ। ਬਾਬਾ ਜੀ ਮੇਰਾ ਪਹਿਲਾ ਪ੍ਰਸ਼ਨ ਹੈ ਕਿ ਜੇਕਰ ਅਸੀਂ ਖਾਣਾ ਬਣਾਉਣ ਦੇ ਦੌਰਾਨ ਸਿਮਰਨ ਕਰਦੇ ਰਹੀਏ ਅਤੇ ਜੇਕਰ ਉਸ ਖਾਣੇ ਨੂੰ ਕੋਈ ਗੈਰ ਸਤਸੰਗੀ ਖਾ ਲੈਣ ਤਾਂ ਕਿ ਉਹਨਾਂ ਦਾ ਕਰਮਾਂ ਦਾ ਬੋਝ ਸਾਡੇ ਉੱਤੇ ਚੜ੍ਹਦਾ? ਕਾਹਦੇ ਵਾਸਤੇ ਬੇਟਾ ਤੁਸੀਂ ਇਹੋ ਜਿਹੀਆਂ ਗੱਲਾਂ ਸੋਚਦੇ ਹੋ? ਮੇਰੇ ਅੱਗੇ ਕੋਈ ਗੈਰ ਨਹੀਂ ਗਾ, ਮਾਲਕ ਦੇ ਅੱਗੇ ਕੋਈ ਗੈਰ ਨਹੀਂ ਗਾ ਬੇਟਾ, ਸਾਰੇ ਉਹਦੇ ਆਪਣੇ ਹੈਗੇ ਆ। ਇਹ ਤਾਂ ਦੇਖੋ ਹੁਣ ਆਪਾਂ ਦੇਖੋ ਬੱਚੇ ਨੂੰ ਪੜ੍ਹਾਈ ਕਰਵਾਉਣੀ ਹੈ, ਆਪਾਂ ਪ੍ਰਾਈਵੇਟ ਸਕੂਲ 'ਚ ਪਾ ਦਈਏ, ਪਬਲਿਕ ਸਕੂਲ 'ਚ ਪਾ ਦਈਏ, ਮੋਂਟੇਸਰੀ 'ਚ ਪਾ ਦਈਏ, ਮਕਸਦ ਤਾਂ ਪੜ੍ਹਾਈ ਦਾ ਨਾ ਬੇਟਾ। ਉਸੇ ਤਰ੍ਹਾਂ ਮਾਲਕ ਨੇ ਇੱਥੇ ਭੇਜਿਆ, ਰੂਹਾਨੀਅਤ ਦਾ ਕੀ ਮਕਸਦ ਹੈ ਕਿ ਆਪਾਂ ਮਾਲਕ ਦੇ ਨਾਲ ਤਾਰ ਜੋੜੀਏ ਆਪਣੀ, ਮਾਲਕ ਜੋ ਉਹਨੇ ਦਿੱਤਾ ਉਹਦੀ ਕਦਰ ਕਰੀਏ। ਹੁਣ ਕਿਸੇ ਨੇ ਨਾਮ ਲੈ ਕੇ ਕਰ ਲਿਆ, ਕਿਸੇ ਨੇ ਹੋਰ ਤਰੀਕੇ ਦੇ ਨਾਲ ਕਰ ਲਿਆ, ਕਿਸੇ ਨੇ ਹੋਰ ਦੇ ਨਾਲ ਕਰ ਲਿਆ, ਆਪਾਂ ਨਹੀਂ ਪਰਖਾਂ 'ਚ ਪੈਣਾ ਬੇਟਾ। ਮਾਲਕ ਅੱਗੇ ਕੋਈ ਗੈਰ ਨਹੀਂ ਗਾ, ਤੁਸੀਂ ਨਾ ਇਹ ਸੋਚੋ। ਚੰਗੀ ਗੱਲ ਹੈ, ਤੁਸੀਂ ਕਿਸੇ ਵਕਤ ਵੀ ਭਜਨ ਸਿਮਰਨ ਕਰੋ, ਚੰਗੀ ਗੱਲ ਹੈ। ਰਸਮ ਬਾਬਾ ਜੀ, ਬਾਬਾ ਜੀ ਆਪ ਜੀ ਕਾ ਬਹੁਤ ਬਹੁਤ ਸ਼ੁਕਰੀਆ ਜੋ ਆਪਣੇ ਇਤਨੀ ਅੱਛੀ ਫੈਮਿਲੀ ਦੀ, ਇਤਨੇ ਅੱਛੇ ਪੇਰੈਂਟਸ ਦੀਏ ਔਰ ਇਤਨੇ ਅੱਛੇ ਗਾਰਡੀਅਨ ਦੀਏ। ਬਾਬਾ ਜੀ ਮੇਰਾ ਸਭਸੇ ਪਹਿਲੇ ਸਵਾਲ ਇਹ ਹੈ, ਜਬ ਹਮ ਆਪਣੇ ਟਾਰਗੇਟ ਕੋ ਕੰਪਲੀਟ ਕਰਨ ਕੇ ਲੀਏ ਕੁਛ ਵੀ ਤਰੀਕਾ ਅਪਣਾਏ, ਤੋ ਬਾਬਾ ਜੀ ਉਸਮੇ ਦੋ ਵੇਜ਼ ਆ ਜਾਂਦੇ ਹੈ, ਇੱਕ ਪੋਜ਼ਿਟਿਵ ਔਰ ਇੱਕ ਨੈਗੇਟਿਵ, ਤੋ ਬਾਬਾ ਜੀ ਹਮ ਉਸੀ ਕੇ ਬੀਚ ਮੇ ਹੀ ਭੁੱਲ ਜਾਤੇ ਹੈ, ਤੋ ਬਾਬਾ ਜੀ ਉਸ ਟਾਈਮ ਹਮੇ ਕਿਆ ਕਰਨਾ ਚਾਹੀਏ? ਬੇਟਾ ਸਵਾਲ ਹੀ ਨਹੀਂ ਪੈਦਾ ਹੋਤਾ, ਹਮਨੇ ਤੋ ਹਰੇਕ ਚੀਜ਼ ਪੋਜ਼ਿਟਿਵ ਕਰਨੀ ਹੈ, ਨੈਗੇਟਿਵ ਕੀ ਕਹਾਂ ਸੇ ਬਾਤ ਆ ਗਈ ਬੇਟਾ। ਦੇਖੋ ਆਗੇ ਬੜਨਾ ਕੋਈ ਬੁਰੀ ਬਾਤ ਨਹੀਂ ਹੈ, ਠੀਕ ਹੈ ਜੀ, ਮਗਰ ਰਸੂਲੋਂ ਕੀ ਕੁਰਬਾਨੀ ਨਹੀਂ ਦੇਣੀ। ਅਗਰ ਰਸੂਲੋਂ ਕੀ ਕੁਰਬਾਨੀ ਦੇਂਗੇ ਤੋ ਆਪਣੇ ਪੈਰ ਕੇ ਉੱਪਰ ਕੁਲਾੜੀ ਮਾਰ ਰਹੇ ਹੈ ਨਾ ਜੀ, ਉਹ ਲਕਸ਼ ਚਾਹੇ ਮਿਲ ਜਾਏ ਮਗਰ ਉਸਕੀ ਕਦਰ ਨਹੀਂ ਹੋਣੀ ਜੀ। ਪੋਜ਼ਿਟਿਵ ਚੱਲ ਕੇ ਉਹ ਮਿਲੇਗਾ, ਕਦਰ ਵੀ ਹੋਗੀ ਔਰ ਆਗੇ ਔਰ ਵੀ ਮਿਲੇਗਾ ਜੀ। ਸੋ ਅਸੂਲੋਂ ਕੀ ਕੁਰਬਾਨੀ ਨਹੀਂ ਦੇਣੀ, ਤੋ ਪੋਜ਼ਿਟਿਵ ਤਰੀਕੇ ਸੇ ਆਗੇ ਬੜਨਾ ਹੈ ਜੀ। ਬਾਬਾ ਜੀ ਮੇਰਾ ਨੰਬਰ ਦੋ ਸਵਾਲ ਇਹ ਹੈ ਬਾਬਾ ਜੀ, ਕਿ ਬੋਲਤੇ ਕਿ ਹੈਲਪਿੰਗ ਅਦਰਸ, ਜਬ ਹਮ ਕਿਸੇ ਕੀ ਹੈਲਪ ਕਰਤੇ ਹੈ ਤੋ ਬਾਬਾ ਜੀ ਆਪਣੇ ਦਿਲ ਸੇ ਤੋ ਹਮ 100% ਦੇਤੇ ਹੈ ਬਾਬਾ ਜੀ, ਬਟ ਦਿਲ ਮੇ ਕਹੀਂ ਨਾ ਕਹੀਂ ਜੇ ਸਵਾਲ ਰਹਿਤਾ ਕਿ ਹਮ ਨਹੀਂ ਦੇ ਪਾਤੇ, ਉਸ ਸਮੇਂ ਬਾਬਾ ਜੀ ਹਮੇਂ ਕਿਆ ਕਰਨਾ ਚਾਹੀਏ? ਨਹੀਂ ਬੇਟਾ, ਪ੍ਰੈਕਟੀਕਲੀ ਪ੍ਰੈਕਟੀਕਲੀ ਚੱਲਣਾ ਚਾਹੀਏ ਬੇਟਾ। ਮੈਂ ਉਤਨਾ ਹੀ ਦੇ ਸਕਦਾ ਜੋ ਮੇਰੇ ਪਾਸ ਹੈ, ਅਗਰ ਮੈਂ ਹੀ ਖੁਦ ਮੁਹਤਾਜ ਹੋ ਜਾਊਂਗਾ, ਅਗਰ ਮੇਰੇ ਪਾਸ 10 ਰੁਪਏ ਠੀਕ ਹੈ ਨਾ, ਮੇਰੀ ਰੋਜ਼ੀ ਰੋਟੀ ਮਸਾਂ ਚਲਦੀ ਹੈ, ਮੈਂ ਦੇਣਾ ਸ਼ੁਰੂ ਕਰ ਦੂੰ, ਮੈਂ ਭੁੱਖਾ ਰਹਿ ਜਾਊਂ, ਭੁੱਖੇ ਪੇਟ ਤੋਂ ਮੇਰੇ ਸੇ ਭਜਨ ਸਿਮਰਨ ਵੀ ਨਹੀਂ ਹੋਣਾ ਜੀ, ਤਾਂ ਫਿਰ ਤੋਂ ਮੈਂ ਬਿਮਾਰੀ ਕਾ ਹਿੱਸਾ ਬਣ ਗਿਆ ਨਾ ਜੀ ਭਾਈ। ਸੋ ਠੀਕ ਹੈ, ਪ੍ਰੈਕਟੀਕਲੀ ਚਲੋ ਬੇਟਾ, ਮਨ ਮੇ ਸੋਚ ਹੋਣੀ ਚਾਹੀਏ ਕਿ ਹਮ ਸਭ ਕੀ ਮਦਦ ਕਰੇ, ਬਾਂਟ ਕੇ ਚਲੇ ਜੀ, ਮਗਰ ਉਤਨਾ ਦੋ ਜੋ ਆਪਕੀ ਜ਼ਰੂਰਤ ਤੋ ਪੂਰੀ ਹੋ ਜਾਏ। ਅਗਰ ਆਪਕੀ ਜ਼ਰੂਰਤ ਨਹੀਂ ਪੂਰੀ ਹੋਈ, ਉਸਕੋ ਵੀ ਪੂਰਾ ਨਹੀਂ ਮਿਲਾ, ਆਪ ਵੀ ਆਧਾ ਰਹਿ ਕੇ ਬੈਠ ਗਏ, ਸੁਖੀ ਤੋ ਕੋਈ ਨਹੀਂ ਹੋਆ ਬੇਟਾ। ਔਰ ਬਾਬਾ ਜੀ ਮੇਰੇ ਮੇਂ ਇਤਨੀ ਹਿੰਮਤ ਕਰਨਾ ਕਿ ਮੈਂ ਇੱਕ ਅੱਛਾ ਇਨਸਾਨ ਬਣ ਸਕੂੰ ਔਰ ਇੱਕ ਅੱਛਾ ਸਤਸੰਗੀ ਬਣ ਸਕੂੰ ਬਾਬਾ ਜੀ, ਉਹਨਾਂ ਆਮਦਨ ਕਿਰਪਾ ਕਰਨਾ ਦੱਸੋ। ਬਾਬਾ ਜੀ ਕੀ ਸਾਨੂੰ ਏਜ ਪੂਰੀ ਹੋਣ 'ਤੇ ਨਾਮਦਾਨ ਲਈ ਅੱਗੇ ਆਉਣਾ ਚਾਹੀਦਾ ਹੈ ਜਾਂ ਜਦੋਂ ਸਾਨੂੰ ਅੰਦਰੋਂ ਖਿੱਚ ਪਵੇ ਮਹਿਸੂਸ ਹੋਵੇ? ਬੇਟਾ ਦੋਨੋਂ ਹੀ ਗੱਲਾਂ ਹੈਗੀਆਂ। ਹੁਣ ਸਾਨੂੰ ਕੀ ਪਤਾ ਕਿ ਮਾਲਕ ਦਾ ਕਿਸ ਵਕਤ ਬੁਲਾਵਾ ਆ ਜਾਣਾ ਬੇਟਾ। ਸੋ ਜੋ ਵੀ ਕਾਰਜ ਵਾਸਤੇ ਮਾਲਕ ਨੇ ਭੇਜਿਆ ਸਾਨੂੰ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਬੇਟਾ। ਦੂਜੇ ਪਾਸੇ ਇਹ ਹੈ ਕਿ ਨਿਭਾ ਵੀ ਤਾਂ ਹੀ ਪਾਵਾਂਗੇ ਜੇ ਥੋੜ੍ਹੀ ਜਿਹੀ ਅੰਦਰੋਂ ਖਿੱਚ ਹੋਊਗੀ ਬੇਟਾ। ਜੇ ਆਪਾਂ ਮਾਂ ਪਿਓ ਦੀ ਖੁਸ਼ੀ ਵਾਸਤੇ ਜਾਂ ਦੂਜਿਆਂ ਨੂੰ ਦਿਖਾਵੇ ਵਾਸਤੇ ਲੈ ਲਵਾਂਗੇ, ਅੰਦਰੋਂ ਖਿੱਚ ਨਾ ਹੋਈ ਤਾਂ ਫਿਰ ਨਿਭਾਇਆ ਵੀ ਨਹੀਂ ਜਾਣਾ ਬੇਟਾ। ਸੋ ਦੋਨੋਂ ਚੀਜ਼ਾਂ ਇਕੱਠੀਆਂ ਲੈ ਕੇ ਚੱਲਣਾ। ਮੇਰਾ ਦੂਸਰਾ ਸਵਾਲ ਇਹ, ਜਦੋਂ ਆਪਾਂ ਨੂੰ ਦੋ ਚੀਜ਼ਾਂ ਵਿੱਚੋਂ ਇੱਕ ਨੂੰ ਚੁਣਨਾ ਪੈਂਦਾ ਉਦੋਂ ਬੜੀ ਕਠਿਨਾਈ ਹੁੰਦੀ ਹੈ। ਕੋਈ ਇਨਸਾਨ ਹੀ ਲਾ ਲਓ, ਜੋ ਦੋਨੋਂ ਆਪਣੇ ਲਈ ਇੰਪੋਰਟੈਂਟ ਨੇ ਅਤੇ ਦੋਨਾਂ 'ਚੋਂ ਇੱਕ ਨੂੰ ਚੁਣਨਾ ਪੈਂਦਾ, ਮਾਂ ਪਿਓ ਨੂੰ ਕਿ ਬੀਵੀ ਨੂੰ? ਨਹੀਂ, ਬੀਵੀ ਹਾਲੇ ਟਾਈਮ ਨਹੀਂ ਆਇਆ, ਆਇਆ ਨਹੀਂ, ਮਾਂ ਪਿਓ ਦੀ ਤਾਂ ਗੱਲ ਹੀ ਨਹੀਂ, ਦੋਨੋਂ ਹੀ ਨੇ। ਫਿਰ ਹੋਰ ਕਿਹੜੇ? ਮੰਨ ਲਓ ਦੋਸਤ ਲਾ ਲਓ, ਹੈਂ ਦੋਸਤ ਲਾ ਲਓ, ਦੋਨੋਂ ਇੱਕ ਦੂਜੇ ਦੇ ਖਿਲਾਫ ਨੇ ਮੰਨ ਲਓ, ਹਾਂ, ਅਤੇ ਮੈਨੂੰ ਦੋਨੋਂ ਚਾਹੀਦੇ ਨੇ, ਹਾਂ, ਅਤੇ ਪਰ ਉਹ ਦੋਨੋਂ ਕਹਿੰਦੇ ਨੇ ਬਈ ਇੱਕ ਰੱਖ,
ਦੋਸਤ ਜਿਹੜਾ ਦੋਸਤ ਹੀ ਨਹੀਂ ਹੋ ਸਕਦੇ ਬੇਟਾ, ਜਿਹੜਾ ਦੋਸਤ ਤੁਹਾਨੂੰ ਇਹੋ ਜਿਹੀ ਪਰਖ ਵਿੱਚ ਪਾਊਗਾ ਉਹ ਫਿਰ ਦੋਸਤ ਨਹੀਂ ਗਾ ਤੁਹਾਡਾ, ਦੋਸਤ ਨਹੀਂ ਪਰਖ ਵਿੱਚ ਪਾਉਂਦਾ, ਉਹ ਸਾਥ ਦਿੰਦਾ। ਬਾਬਾ ਜੀ ਆਪਾਂ ਕਿਸ ਤਰ੍ਹਾਂ ਆਪਦੀ ਜ਼ਿੰਦਗੀ ਜੀ ਹੋਈਏ ਕਿ ਹਰ ਸਵਾਸ ਤੁਹਾਡੇ ਲੇਖੇ ਲੱਗੇ? ਬੇਟਾ ਜਾਗਰਤਾ ਦੀ ਗੱਲ ਹੈ, ਇਸ ਵਕਤ ਸਾਨੂੰ ਅਹਿਸਾਸ ਨਹੀਂ ਬੇਟਾ ਸਾਡੇ ਵਾਸਤੇ ਕੀ ਜ਼ਰੂਰੀ ਹੈ ਕੀ ਨਹੀਂ ਜ਼ਰੂਰੀ। ਆਪਾਂ ਖੋਜ ਵਿੱਚ ਲੱਗੇ ਵੇ, ਕਦੇ ਪੈਸੇ ਦੇ ਪਿੱਛੇ ਭੱਜਦੇ ਹਾਂ, ਕਦੇ ਰਿਸ਼ਤੇ ਨਾਤਿਆਂ ਦੇ ਪਿੱਛੇ ਭੱਜਦੇ ਹਾਂ, ਕਦੇ ਅਹੁਦਿਆਂ ਦੇ ਪਿੱਛੇ ਭੱਜਦੇ ਹਾਂ। ਅਸਲ ਵਿੱਚ ਇਨਸਾਨ ਨੂੰ ਚਾਹੀਦਾ ਕੀ ਹੈ? ਖੁਸ਼ੀ ਔਰ ਮਨ ਦੀ ਸ਼ਾਂਤੀ, ਠੀਕ ਹੈ ਨਾ। ਉਸ ਕੋਈ ਸੋਚਦਾ ਹੈ ਕਿ ਜੀ ਪੈਸੇ ਨਾਲ ਮੈਨੂੰ ਖੁਸ਼ੀ ਮਿਲੂਗੀ, ਕੋਈ ਸੋਚਦਾ ਅਹੁਦਿਆਂ ਦੇ ਨਾਲ ਮਿਲੂਗੀ, ਕੋਈ ਰਿਸ਼ਤੇ ਨਾਤਿਆਂ ਦੇ ਨਾਲ ਮਿਲੂਗੀ, ਮਿਲੂਗੀ ਅੰਦਰੋਂ ਮਿਲੂਗੀ। ਸੋ ਜਿਵੇਂ ਜਿਵੇਂ ਅਹਿਸਾਸ ਹੋਊਗਾ ਸਹੀ ਜਗ੍ਹਾ ਤੋਂ ਖੋਜ ਕਰਾਂਗੇ ਤਾਂ ਹੀ ਮੁਕਾਮ ਨੂੰ ਹਾਸਿਲ ਕਰਾਂਗੇ ਬੇਟਾ। ਸੋ ਇਸ ਕਰਕੇ ਇਸ ਵਕਤ ਤਾਂ ਆਪਾਂ ਖੋਜ ਵਿੱਚ ਲੱਗੇ ਹੋਏ ਹਾਂ, ਜ਼ਿੰਦਗੀ ਨਾਲ ਐਕਸਪੈਰੀਮੈਂਟ ਕਰ ਰਹੇ ਹਾਂ, ਜ਼ਿੰਦਗੀ ਦਾ ਅਨੁਭਵ ਕਰ ਰਹੇ ਹਾਂ। ਤਾਂ ਜਿਵੇਂ ਜਿਵੇਂ ਅਹਿਸਾਸ ਹੋਊਗਾ ਨਾ ਕਿ ਕਿੱਥੋਂ ਮਿਲੂਗੀ ਔਰ ਕਿਵੇਂ ਮਿਲੂਗੀ, ਫਿਰ ਸੀਰੀਅਸਲੀ ਉਹਦੇ ਨਾਲ ਜੁੜ ਕੇ ਫਿਰ ਉਸ ਰਸਤੇ 'ਤੇ ਚੱਲਾਂਗੇ। ਬਾਬਾ ਜੀ 3 ਸਾਲ ਪਹਿਲਾਂ ਮੇਰੇ ਫਾਦਰ ਨੇ ਮੇਰੀ ਮੈਰਿਜ ਇੱਕ ਨੌਨ ਸਤਸੰਗੀ ਫੈਮਿਲੀ 'ਚ ਕਰਤੀ ਸੀ, ਅਤੇ ਤੁਹਾਡੀ ਬਹੁਤ ਦਇਆ ਮਿਲ ਰਹੀ ਕਿ ਤੁਸੀਂ 1 ਸਾਲ ਦੇ ਅੰਦਰ ਹੀ ਮੈਨੂੰ ਵਾਪਸ ਬੁਲਾ ਲਿਆ। ਹੁਣ ਇਹਨਾਂ ਨੇ ਵੀ ਨਾਮਦਾਨ ਲੈ ਲਿਆ ਅਤੇ ਇਹ ਮੇਰੇ ਤੋਂ ਜ਼ਿਆਦਾ ਇੰਟਰਸਟ ਦਿਖਾਉਂਦੇ ਨੇ। ਜੇ ਮੈਂ ਕਦੀ ਸਵੇਰੇ ਇਕੱਲੀ ਉੱਠ ਕੇ ਬੈਠ ਜਾਂ, ਇਹ ਫਟਾਫਟ ਬੈਠ ਜਾਂਦੇ ਨੇ ਕਿ ਤੈਨੂੰ ਮੁਕਤੀ ਨਾ ਪਹਿਲਾਂ ਮਿਲ ਜਾਏ, ਅਤੇ ਘਰ ਦੇ ਵੀ ਸਾਰੇ ਬਹੁਤ ਇੰਟਰਸਟ ਹੁਣ ਦਿਖਾਉਂਦੇ ਨੇ ਅਤੇ ਆਉਂਦੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰਾ ਸਾਥ ਦਿੱਤਾ। ਨਹੀਂ ਤਾਂ ਤੁਹਾਡੀ ਸ਼ਾਬਾਸ਼ੀ ਹੈ ਨਾ ਕਿ ਤੁਸੀਂ ਆ ਕੇ ਇਹੋ ਜਿਹਾ ਉਦਾਹਰਣ ਦਿੱਤਾ ਕਿ ਉਹਨਾਂ 'ਤੇ ਵੀ ਅਸਰ ਹੋ ਗਿਆ ਬੇਟਾ। ਔਰ ਇਸੇ ਤਰ੍ਹਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਹੈਗਾ ਕਿ ਆਪਾਂ ਲਫ਼ਜ਼ਾਂ ਦੇ ਨਾਲ ਨਹੀਂ, ਗਿਲੇ ਸ਼ਿਕਵਿਆਂ ਦੇ ਨਾਲ ਨਹੀਂ, ਉਦਾਹਰਣ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਬਾਬਾ ਜੀ, ਬਹੁਤ ਬਹੁਤ ਸ਼ੁਕਰੀਆ ਬਾਬਾ ਜੀ। ਬਾਬਾ ਜੀ ਆਪਕਾ ਬਹੁਤ ਸ਼ੁਕਰ ਹੈ, ਆਪਨੇ ਬਹੁਤ ਅੱਛੀ ਫੈਮਿਲੀ ਦੀ, ਵਾਈਫ ਦੀ, ਕਿਡਸ, ਦੇ ਆਰ ਹੈਲਪਿੰਗ ਮੀ ਇਨ ਦਾ ਸਪਿਰਚੁਅਲ ਜਰਨੀ ਆਲਸੋ। ਬਟ ਬਾਬਾ ਜੀ ਇੱਕ ਕੁਐਸਚਨ ਹੈ ਕਿ ਲਾਈਫ ਕੀ ਐਂਬੀਸ਼ਨਸ ਕਾਫੀ ਹੋਤੇ ਹੈ, ਔਰ ਐਸੇ ਲਗਤਾ ਹੈ ਕਿ ਅਗਰ ਐਂਬੀਸ਼ਨ ਜ਼ਿਆਦਾ ਰੱਖੇ ਤੋ ਸੰਤ ਮਤ ਪੀਛੇ ਜਾ ਰਹਾ ਹੈ, ਬੈਲੈਂਸ ਨਹੀਂ ਬਣਤਾ ਹੈ। ਨਹੀਂ ਬੇਟਾ ਮੈਂ ਨਹੀਂ ਮਾਨਤਾ ਹੂੰ ਕਿ ਐਂਬੀਸ਼ਨ ਬੁਰੀ ਹੈ। ਬੇਟਾ ਐਂਬੀਸ਼ਨ ਕਿਸੇ ਇਨਸਾਨ ਕੇ ਆਗੇ ਨਹੀਂ ਹੋਗੀ ਤੋ ਆਗੇ ਕੈਸੇ ਬੜੇਗਾ ਬੇਟਾ। ਇਹ ਵੀ ਤੋ ਐਂਬੀਸ਼ਨ ਹੀ ਹੈ ਕਿ ਮੈਨੇ ਭਜਨ ਸਿਮਰਨ ਕਰਨਾ ਹੈ, ਮੈਨੇ ਮਾਲਿਕ ਸੇ ਰਿਸ਼ਤਾ ਜੋੜਨਾ ਹੈ, ਇਹ ਵੀ ਹਮ ਆਗੇ ਬੜ ਕੇ ਕਰਨੇ ਕੀ ਕੋਸ਼ਿਸ਼ ਕਰ ਰਹੇ ਕਿ ਨਹੀਂ ਕਰ ਰਹੇ। ਹਾਂਜੀ ਬੁਰਾ ਹੈ ਕਿ ਜਬ ਹਮ ਕੰਪਰੋਮਾਈਜ਼ ਕਰਤੇ ਹੈ, ਅਸੂਲੋਂ ਕੀ ਕੁਰਬਾਨੀ ਦੇ ਕੇ ਉਸਕੋ ਹਾਸਿਲ ਕਰਨੇ ਕੀ ਕੋਸ਼ਿਸ਼ ਕਰਤੀ ਹੈ, ਵੋ ਬੁਰਾ ਹੈ ਬੇਟਾ। ਸੋ ਇਸ ਲਈ ਆਗੇ ਬੜਨਾ ਕੋਈ ਬੁਰੀ ਬਾਤ ਨਹੀਂ, ਮਗਰ ਸਾਥ ਮੇਂ ਇੱਕ ਬੈਲੈਂਸ ਰੱਖਣਾ ਚਾਹੀਏ, ਕਿਉਂਕਿ ਜਿਸ ਚੀਜ਼ ਕੋ ਆਪ ਛੋੜੇਂਗੇ ਨਾ ਵਹੀ ਆਗੇ ਜਾ ਕੇ ਤੰਗ ਕਰੇਗੀ। ਇਨਸਾਨ ਸੋਚਦਾ ਹੈ ਮੈਂ ਪੈਸੇ ਕਮਾ ਲੂੰ, ਮੈਂ ਅਹੁਦੇ ਪੇ ਪਹੁੰਚ ਜਾਊਂ, ਫਿਰ ਮੈਂ ਧਿਆਨ ਦੂੰਗਾ, ਆਪਕੋ ਫਿਰ 20-15 ਸਾਲ ਉਸ ਚੀਜ਼ ਕੋ ਹਾਸਿਲ ਕਰਨੇ ਮੇਂ ਲੱਗ ਜਾਤੇ ਹੈ, ਉਸ ਵਕਤ ਮੇਂ ਬੱਚੇ ਬੜੇ ਹੋ ਜਾਤੇ ਹੈ, ਉਨਕਾ ਧਿਆਨ ਦੂਸਰੀ ਤਰਫ ਲੱਗ ਜਾਤਾ ਹੈ, ਫਿਰ ਆਪਕੋ ਵਕਤ ਹੋਗਾ, ਫਿਰ ਉਨਕੋ ਵਕਤ ਨਹੀਂ ਹੋਗਾ। ਤੋ ਸਭੀ ਚੀਜ਼ੋਂ ਕੋ ਸਾਥ ਲੈ ਕੇ ਚੱਲਣਾ ਹੈ ਬੇਟਾ। ਠੀਕ ਹੈ ਜੀ। ਬਾਬਾ ਜੀ ਇੱਕ ਅਰਦਾਸ ਹੈ ਕਿ ਇਤਨੇ ਜੈਸੇ ਅਭੀ ਐਕਸਪੀਰੀਅੰਸ ਹੋ ਗਿਆ ਹੈ, I am trying to balance the life and spiritual path. To daya kare ki worldly kaam thode auto mein ho jaye taki main seva andar ki aur bahar ki kat ke kar sakun. Jo karna hai humne karna hai beta, uska fayda nuksan hamara hai. Ab 24 ghante hain, 24 ghante bahut waqt hota hai, zimmedariyan bhi nibhaye, parivar ko bhi waqt dein aur bhajan simran bhi kare beta. Haan ji. ਅਬ ਹਮ ਹਰ ਵਕਤ ਸੋਚਤੇ ਹੈ ਕਿ ਦੂਸਰਾ ਹਮਾਰੇ ਲੀਏ ਕਰ ਦੇ, ਯੇ ਕਾਮ ਕੋਈ ਔਰ ਨਹੀਂ ਕਰ ਸਕਤਾ ਹਮਾਰੇ ਲੀਏ ਬੇਟਾ। ਜੈਸੀ ਕਰਨੀ ਵੈਸੀ ਭਰਨੀ, ਜਿਸਕੀ ਕਰਨੀ ਹੋਗੀ ਵਹੀ ਨਿਭਾਏਗਾ ਬੇਟਾ। ਸੋ ਆਪ ਕਿਸੀ ਝੂਠੀ ਤਸੱਲੀ ਮੇਂ ਨਾ ਰਹੇ ਕਿ ਕੋਈ ਔਰ ਆਪਕੇ ਲੀਏ ਯੇ ਕਾਰਜ ਕਰ ਸਕਤਾ ਹੈ ਬੇਟਾ। ਥੈਂਕ ਯੂ ਬਾਬਾ ਜੀ, ਥੈਂਕ ਯੂ ਫੋਰ ਸ਼ਾਵਰਿੰਗ ਯੋਰ ਗ੍ਰੇਸ ਟੂ ਐਵਰੀ ਵਨ ਆਫ ਅਸ, ਐਂਡ ਆਈ ਫੀਲ ਬਲੈਸਡ to be in front of you. My first question is how to develop patience in personal and professional life? Better life is a learning process. These are not things which somebody can teach you. These are not things that somebody will give you. These will come with experience. The saying goes that experience teaches the old to be young and the young to be old.
اس وقت ہمارا دائرہ تھوڑا سا چھوٹا ہے بیٹا. اس چھوٹے سے دائرے میں ہم اپنا وجود بھی بنا کے رکھتے ہیں, ہم سوچتے ہیں کہ دوسرے ہمارے اوپر نربھر ہیں, ہماری امپورٹنس ہے. مگر جیسے جیسے دائرہ کھلے گا نا, وہ ریئلائزیشن آتی ہے کہ ہم تو کچھ بھی نہیں. اور جیسے جیسے انسان اپنی اصل اوقات کو دیکھتا ہے, اصلیت کو سمجھتا ہے کہ یہ تو ایک سمندر میں ایک چھوٹا سا قطرہ ہے, تو اپنے آپ ایگو ختم ہو جاتی ہے. بیٹا ایگو ختم ہو جاتی ہے تو ہم کیوں غصہ کریں گے کسی کے ساتھ, کیوں ہوں امپیشنٹ ہوں گے, پھر ہم پریم اور پیار سے چلیں گے نا. تو اپنی اصلیت کی پہچان کی بات ہے. جیسے جیسے اصلیت کی پہچان ہوگی نا, اپنے آپ یہ سب کوالٹیز بیچ میں آ جائیں گے. جی بابا جی, مائی سیکنڈ کوئسچن از ہاؤ ٹو ریئیکٹ ان اے سچویشن وین سم ون فیٹ شیمز یو ان فرنٹ آف ایوری ون. بیٹا یہ تو دنیا میں ہوتا رہتا ہے بیٹا. کین وی چینج دا ورلڈ؟ اتنے اتنے بڑے مہاپرکھ آئے ہیں, انہوں نے کبھی دنیا کو بدلنے کی کوشش نہیں کی. انہوں نے ہمیں کیا ہدایت دی کہ اس کے حکم میں رہو, اس کے بہانے میں رہو, تیرا پانا میٹھا لگے. ٹھیک ہے, تو ہم کہاں سے بدل پائیں گے بیٹا؟ دو اچھا کہیں گے, دو برا کہیں گے بیٹا. آپ اپنے آپ کو اتنا طاقتور بناؤ کہ چاہے جو مرضی کا ہو, آپ اپنے لکش سے مت ہٹیں, آپ اس لکش کو آگے لے کے بڑھتے رہیں بیٹا. جی اینڈ پلیز شاور یور گریس بائی گیونگ نامدان سون. بابا جی, مائی فرسٹ کوشچن از ہاؤ کین وی ریمین کنٹینٹڈ ان ایوری سچویشن سر؟ سم ٹائمز یو گیٹ مینٹلی اپسیٹ. سو بیٹا, دا ورلڈ کین ناٹ ورک آن یور ویمز اینڈ فینسیز. اوکے, ناؤ ہیونگ کم ہیئر وی گاٹ دا مائنڈ اٹیچ ٹو اس, مائنڈ از گوئنگ ٹو وانٹ اے لاٹ آف تھنگس, بٹ اف ایوری بڈیز وشز ور آنسرڈ دیٹ بی کیوس ان دس کریشن. سو ایوری بڈیز وشز کین ناٹ بی آنسرڈ. If you sort of attach yourself to the fulfillment of your wishes, then you are only looking at problems and pain. So beta, effort is in our hands, results are not in our hands. Results are in his hands. If he deems it fit, he will give us. If he thinks that no, we need to try harder, he will want you to work harder. So don't attach yourself to the results. You focus on your effort. Contentment, beta, will not come with fulfillment of wishes. Contentment will come when you go beyond all this. Okay, there's no question of fulfillment. Beta, wishes can never be fulfilled. This mind is a bottomless well. Whatever you give it, it'll demand more. Now we have to, beta, go beyond all this, where all these things become pointless. Okay, when you do your meditation and you take your awareness and your surat above all this, they become meaningless, beta. Then you don't, I mean, then you won't run after these things. Babaji, there was a time when I was a student, I was very disciplined. I used to dedicate each and every minute to my studies. But after my studies were over, I started working. So the time changed. I wasn't able to utilize every single minute of my life. So as a student, our only focus is on studies. Every single minute we want that we only should study, study, study. No other thoughts. But Babaji, how now we realize that our ultimate goal is to reach the God and to be with Him. So how can we utilize every single minute to connect to Him and be closer to Him? Because we also have to do worldly duties. We have to focus in spite and despite everything. We are looking for ideal circumstances. Nobody has ideal circumstances, beta. You have to make the circumstances ideal by your hard work. So don't think that when everything is okay, when I have this, then I'll do, then you won't need it. So 24 hours in the day, sufficient time, pay attention to your work, to your family, and to your meditation, beta. Keep that balance in life. جی تھینک یو بابا جی, جو کچھ بھی دیتا تھی وہ تھینک یو. تو بابا جی میں بہت ایموشنل ہاں, تو مطلب کئی بار ریئیکٹ کر جاتی ہوں بیٹا. ایموشن نو نا آپ چینلائز کرنا ہے, انہوں ایکاگر کرنا بیٹا. ایموشن نو ایکاگر کریں گے تو ڈیووشن بن جائے گی بیٹا. تو جی آپ انہوں ایکاگر نہ کر سکے تو پھر وہ سارا دھیان پھیلتا بیٹا.
ठीक है ना। इमोशन कोई माड़ी गल नहीं गी, भावनाविक होना कोई माड़ी गल नहीं गी, मगर उस भावना नूं आपां सही पासे लाइए। जे सही पासे लावांगे भगती बन जूगी और उही साडी सफलता सानू दवाऊगी। बाबा जी अपनी लाइफ च चाहता इच्छावां मतलब आपां नूं किन्ने का परसेंट अग्गे नाल लैके चलना चाहिए या? बेटो देखो चाहत तो बगैर आपां अग्गे नहीं वध सकते। मालिक दी भी चाहत तो चाहत ही है बेटा, चंगे इंसान बनने दी चाहत वह भी चाहत है। सो चाहत तो होगी इंसान दे विच, मगर नाल मालिक ने विवेक दिता। विवेक का मतलब है कि आप सोच विचार करिए कि इन्हां चो केड़ी चीज़ है जे जिहड़ी मेरे भले वास्ते और केड़ी है इहो जी है जिहड़ी मैनू नीचे खिचूगी। ठीक है ना, आपां उही चीज़ मंगीए उही चीज़ चाहिए जिहड़ी आपां नूं अपने लक्ष्य की तरफ लैके जाए, और जिहड़ी चीज़ ने सानूं लक्ष्य तो दूर लैके जाना हैगा थोड़ी देर वास्ते उहदी खुशी हुंदी है, अगे जाके उही फिर बोझ बन जाती है, तो उहदे च फायदा तो है नहीं ना फिर कुछ। सो नाल विवेक का इस्तेमाल करना चाहिए। तो बाबा जी जिदा मतलब एक बैटर लाइफ स्टाइल जीन वास्ते बाबा जी थोड़ी उन्नी की इच्छा तो मन च होनी चाहिए कि वधिया लाइफ जी जा सके। मैं तो कहना मैं तो क्या कि एंबिशन होनी चाहिए है बेटा, अगे वधना चाहिए। ये कोई माड़ी गल नहीं कि जी मैं अपने बाल बच्चों वास्ते होर कमाई करा मेरी बेहतर जिंदगी हो, माड़ी गल नहीं गई, चंगी गल है बेटा। बेटा आपां ना पैसे नूं माड़ा कह दिंदे आ, पैसा नहीं माड़ा, जो पैसा ज़्यादा साढ़े कोले आ जांदा जो सानूं करवांदा वह माड़ा है, माड़ी सोच है बेटा। हुण आपां औरत नूं माड़ा कह दिंदे आ, औरत नूं तुसीं भैण या माँ दे रूप च देखो उहदा उहदा बहुत उच्चा हैगा। साढ़े मन विच मैल होवे असीं औरत नूं उहो जी नज़रां दे नाल देखदे हां, आप जिम्मेवारी नहीं लैंदे उहनूं माड़ा बना दिंदे। सो अपनी सोच ये माड़ी है, सोच ठीक होगी तो सारा कुछ ही चंगा होगा, जे सोच माड़ी होगी तो हरेक चीज साडा नुकसान करूगी बेटा। तो बाबा जी मेरा दूसरा सवाल आ कि बाबा जी ना चाहते हो भी जो आप किसी की निकी जी भी हैल्प कर दिए तो फिर भी अपने मन च एक एक्सपैक्टेशन आ जाती है कि मालिक वालों कि शायद वो साडा वधिया करूगा कि नहीं। बेटा देखो मदद तो ऐं करनी चाहिए, हजूर क्या करते सी ना, एक हाथ दिंदा तो दूजे नूं पता नहीं होना चाहिए। हाँ जी बाबा जी ता गल हैगी है, तो जे आप हरेक चीज़ को गिनती विच पावांगे बेटा फिर साढ़े भी कर्मों का हिसाब किताब होगा, उस वक्त असी फिर किवें माफ़ी मंगांगे बेटा। रासम बाबा जी एक टाइम ते आके मन डोल क्यों जांदा है? विश्वास की कमी बेटा, जे आपां नूं विश्वास हैगा तो मन कादे वास्ते डोलूगा बेटा। साढ़े मन विच चाहत इन्नी है बेटा, बस ध्यान इन्ना फैलिया होया हैगा, एक मंग पूरी नहीं होंदी मन दस होर अगे रख लैंदा हैगा, वो पूरी करन नूं आपां मेहनत करदे हैं वो होर उन्नियां होर अगे रख दिंदा हैगा। तां खुशी लैण दा तां वक्त ही नहीं होया सानूं किसे भी चीज़ चो, पूरी तरह इंसान ने खुशी नहीं लिती कदे भी, जे लिती होंदी तां इन्नी खुशी मिल जांदी कि उहनूं अगे होर मंगण दी लोड़ ही ना पैंदी। सो असीं तां इस दौड़ विच हैं कि किवें पूरा करना है, खुशी कोई नहीं हासिल करता। सो बेटा जिन्ना वक्त आप इन्ना चीज़ा चलाने जो उस तो आप थोड़ा जहा भी मालिक के नाल लाया हों अपने आप अंदरों खुशी होंगी कि कदे ना मन डोलता बेटा।